ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਗੱਲ ਕਰਾਂਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਦੀ ਭਾਰੀ ਜਿੱਤ ਹੋਈ ਹੈ ਬੀਬੀ ਜਗੀਰਕੌਰ ਦੀ ਨਮੋਸ਼ੀ ਭਰੀ ਹਾਰ ਹੋਈ ਹੈ ਕੀ ਸੁਬੀਰ ਸਿੰਘ ਬਾਦਲ ਦੀ ਜੜਾ ਅਕਾਲੀ ਦਲ ਦੇ ਵਿੱਚ ਕਾਇਮ ਨੇ ਬੀਬੀ ਜਗੀਰਕੌਰ ਰੋ ਕਿਉਂ ਪਏ ਇਸ ਮੁੱਦੇ ਉੱਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਦਲਜੀਤ ਦੋਸਾਂਸ ਦੀ ਇੰਡੀਆ ਦੇ ਵਿੱਚ ਟੂਰ ਨੂੰ ਲੈ ਕੇ ਐਂਟਰੀ ਹੁੰਦੀ ਹੈ ਜਦੋਂ ਉਹ ਸਟੇਜ ਦੇ ਉੱਤੇ ਆਪਣੀ ਪਰਫਾਰਮੈਂਸ ਨੂੰ ਲੈ ਕੇ ਐਂਟਰੀ ਲੈਂਦੇ ਨੇ ਨਾਲ ਉਹਨਾਂ ਨੇ ਹੱਥ ਦੇ ਵਿੱਚ ਤਰੰਗਾ ਫੜਿਆ ਹੁੰਦਾ ਹੈ ਜਵਾਬ ਕਿੰਨੂੰ ਮਿਲਦਾ ਹੈ ਉਹ ਕੌਣ ਲੋਕ ਨੇ ਜਿਹੜੇ ਸਿੱਖਾਂ ਦੇ ਪ੍ਰਤੀ ਜਾਂ ਦਲਜੀਤ ਦੇ ਪ੍ਰਤੀ ਨਫ਼ਰਤ ਭਰੇ ਬਿਆਨ ਦਿੰਦੇ ਸੀ ਤੇ ਉਹਨਾਂ ਨੂੰ ਜਵਾਬ ਕੀ ਮਿਲਿਆ ਇਸ ਮੁੱਦੇ ਤੇ ਗੱਲ ਕਰਾਂਗੇ ਡੀਪੀ ਖਾਦ ਦਾ ਮਸਲਾ ਕੀ ਹੈ ਇਸ ਮੁੱਦੇ ਤੇ ਵੀ ਗੱਲ ਕਰਾਂਗੇ ਤਿੰਨੋਂ ਮੁੱਦਿਆਂ ਤੇ ਗੱਲ ਕਰਨ ਵਾਸਤੇ ਜੁੜੇ ਨੇ ਮੇਰੇ ਸਾਥੀ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਇਹ ਜਿਹੜੀ ਹਾਰ ਹੋਈ ਬੀਬੀ ਜਗੀਰਕੋੜ ਦੀ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਦੀ ਜਿੱਤ ਹੋਈ ਹੈ ਕੀ ਇਹ ਪੱਕੀ ਸੀ ਉਹਨਾਂ ਦੀ ਜਿੱਤ ਤੇ ਬੀਬੀ ਜਗੀਰਕੋੜ ਦੀ ਹਾਰ ਇਹ ਪੱਕੀ ਸੀ ਤੇ ਰੋ ਕਿਉਂ ਪਏ ਇਹਦਾ ਅਸਲ ਕਾਰਨ ਕੀ ਹੈਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੀ ਜਿੰਨੇ ਮੈਂਬਰ ਨੇ ਉਹਨਾਂ ਨੂੰ ਇਹ ਲੱਗਾ ਕਿ ਜਿਹੜੇ ਅੱਜ ਸੁਬੀਸ਼ ਸਿੰਘ ਬਾਦਲ ਨਾਲ ਅੱਡ ਹੋਏ ਨੇ ਕਿਤੇ ਨਾ ਕਿਤੇ ਤਾਂ ਉਹ ਵੀ ਬਾਦਲ ਪਰਿਵਾਰ ਦੇ ਵਰਕਰ ਰਹੇ ਨੇ ਸਪੋਰਟਰ ਰਹੇ ਨੇ ਹਮਦਰਦ ਰਹੇ ਨੇ ਤੇ ਇਸ ਕਰਕੇ ਇਹ ਵਖਰਾ ਕੀ ਕਰ ਲੈਣਗੇ ਕਿਉਂਕਿ ਇਸ ਤੋਂ ਅੰਦਾਜ਼ਾ ਹੋ ਚੁੱਕਾ ਕਿ ਜਿੰਨਾ ਵੀ ਸੁਧਾਰ ਅਕਾਲੀ ਸੁਧਾਰ ਲਹਿਰ ਚਲਾਉਣ ਵਾਲੇ ਉਹਨਾਂ ਤੇ ਕਿਸੇ ਨੇ ਭਰੋਸਾ ਨਹੀਂ ਕੀਤਾ ਭਰੋਸਾ ਤਾਂ ਕੀਤਾ ਹੁੰਦਾ ਕਿ ਜੇ ਤੁਸੀਂ ਸਿਆਸਤ ਪੱਖੋਂ ਜਾਂ ਆਪਣੇ ਜ਼ਮੀਰ ਪੱਖੋਂ ਕਿੰਨੇ ਮਜ਼ਬੂਤ ਹੋ ਤੁਸੀਂ ساری ਉਮਰ ਸ਼ਰਮਨੀ ਅਕਾਲੀ ਦਲ ਛੱਡੋ ਤੁਸੀਂ ਬਾਦਲ ਪਰਿਵਾਰ ਦੀ ਹੀ ਚੱਕਰੀ ਕਰਦੇ ਰਹੇ ਤੇ ਉਹ ਅਗਲੇ ਜਿਹੜੇ ਬਾਕੀ ਮੈਂਬਰ ਨੇ ਉਹ ਕਹਿੰਦੇ ਕਿ ਜੇ ਇਹ ਲੋਕ ਬਾਦਲ ਪਰਿਵਾਰ ਦੀ ਚੱਕਰੀ ਕਰਦੇ ਰਹੇ ਨੇ ਤੇ ਸਾਨੂੰ ਕੀ ਮਾੜਾ ਹੈਗਾ ਔਰ ਦੂਜੀ ਗੱਲ ਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਢਾਲਾਂਗੇ ਸੁਖਬੀਰ ਸਿੰਘ ਹੋਣੀ ਸਿਆਸੀ ਪਹਿਲਵਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇ ਉਹਨੂੰ ਢੋਣਾ ਨਾ ਤੇ ਸੁਖਦੇਵ ਸਿੰਘ ਢੀਡਸਾ ਦੇ ਵਸ ਦੀ ਗੱਲ ਆ ਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮੜਾ ਨਾ ਸੁਰਜੀਤ ਸਿੰਘ ਰਖੜਾ ਤੇ ਨਾ ਬੀਬੀ ਜਗੀਰ ਕੌਰ ਤੇ ਨਾ ਬਾਕੀ ਕਿਉਂਕਿ ਸਾਰੇ ਦੇ ਸਾਰੇ ਜਿਨ੍ਹਾਂ ਦਾ ਸਫ਼ਰ ਸ਼ੁਰੂ ਹੋਇਆ ਨਾ ਉਹਦੀਆਂ ਜੜ੍ਹਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਲਾਈਆਂ ਨੇ ਤੇ ਜਿਹੜੀਆਂ ਜੜ੍ਹਾਂ ਆ ਉਹ ਦਰਖਤਾਂ ਤੋਂ ਕਦੇ ਵੱਡੀਆਂ ਨਹੀਂ ਹੁੰਦੀਆਂ ਔਰ ਜਿਹੜਾ ਬਾਦਲ ਪਰਿਵਾਰ ਦੀ ਹੱਲੇ ਵੀ ਬਹੁਤ ਜ਼ਿਆਦਾ ਸੁਬੀਰ ਸਿੰਘ ਬਾਦਲ ਕਿਉਂਕਿ ਧਾਰਮਿਕ ਤੌਰ ਤੇ ਉਹ ਤਨਖਾਈ ਆਕਰਾਰ ਦਿੱਤੇਗੇ ਨੇ ਉਹਨਾਂ ਨੇ ਚਾਹੀਓ ਮੈਂਬਰਾਂ ਦੇ ਨਾਲ ਮੁਲਾ ਨਹੀਂ ਮੁਲਾਕਾਤ ਨਹੀਂ ਕੀਤੀ ਲੇਕਿਨ ਉਹ ਟੈਲੀਫੋਨ ਤੇ ਤਾਂ ਗੱਲਾਂ ਕਰਦੇ ਰਹੇ ਨੇ ਇਕੱਲੇ ਇਕੱਲੇ ਵਰਕਰ ਦੇ ਨਾਲ ਅੱਜ ਕੱਲ ਕੀ ਨਿਜਮਾਨਾ ਤੁਸੀਂ ਟੈਲੀਫੋਨ ਤੇ ਗੱਲ ਕਰਦੇ ਤੁਸੀਂ ਵੀਡੀਓ ਕਾਨਫਰੰਸ ਵੀ ਦੇ ਜਰੀਏ ਤੁਹਾਡੀ ਅਮਰੇ ਸਾਹਮਣੇ ਗੱਲ ਹੋ ਰਹੀ ਹੈ ਤੇ ਉਹ ਸਾਰੇ ਨੂੰ ਇਸ ਕਰਕੇ ਲੱਗਾ ਹੋ ਗਿਆ ਕਿ ਨਹੀਂ ਸੁਬੀਰ ਸਿੰਘ ਬਾਦਲ ਨੂੰ ਦੀਗਵਾਈ ਹਲਕ ਕਬੂਲ ਵੱਖਰੀ ਗੱਲ ਹੈ ਕਿ ਸ਼ਰੂਮਨ ਗੁਦਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣੀ ਹੈ ਚੌਥੀ ਵਾਰ ਮੁੜ ਪ੍ਰਧਾਨ ਚੁਣੇਗੇ ਨੇ ਉਹਨਾਂ ਨੂੰ ਵਧਾਈਆਂ ਵੀ ਉਹਨਾਂ ਨੇ ਉਹਨਾਂ ਤੇ ਭਰੋਸਾ ਉਹਨਾਂ ਤੇ ਕੀਤਾ ਹੈਗਾ ਜਿਹੜੇ ਬਾਕੀ ਸੁਧਾਰ ਲੈ ਰਹੇ ਜਿਹਦੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਹੋਣੀ ਨੇ ਉਹ ਐਡੀ ਛੇਤੀ ਉਹਨਾਂ ਦੀ ਜੜਾ ਨਹੀਂ ਲੱਗਣੀਆਂ ਇਹ ਪਰਿਵਾਰ ਜਿਹੜੇ ਆਢ ਹੋਏ ਨੇ ਇਹਨਾਂ ਦੇ ਪਰਿਵਾਰਾਂ ਗਾ ਇਹਨਾਂ ਦੇ ਪੋਤੇ ਕੀ ਸਾਰੇ ਨੂੰ ਸੁਬੀਰ ਸਿੰਘ ਕਾਲੀਦਲ ਦੇ ਕਰਕੇ ਹੀ ਇਹਨਾਂ ਦੇ ਨਾਮ ਬਣੇ ਨੇ ਇਸ ਕਰਕੇ ਇਹਦਾ ਮਤਲਬ ਹੋਇਆ ਕਿ ਜਿਹੜਾ ਇੱਕ ਕਾਲੀ ਸੁਧਾਰ ਲੈ ਰਹੇ ਇਹਨਾਂ ਤੇ ਭਰੋਸਾ ਨਹੀਂ ਜਤਾਇਆ ਹੁਣੇ ਚਾਹੇ ਵੱਖ ਇਲਜ਼ਾਮ ਲਗਾਉਣ ਹੈ ਨਾ ਤੇ ਇਸ ਕਰਕੇ ਇਲਜ਼ਾਮਾਂ ਦਾ ਤੇ ਕੋਈ ਮੁੱਲ ਹੁੰਦਾ ਨਹੀਂ ਦੂਜੀ ਗੱਲ ਇਹ ਕਿ ਬੀਬੀ ਜਗੀਰ ਕੌਰ ਦਾ ਜਿਹੜਾ ਮਸਲਾ ਕਿਉਂਕਿ ਬੀਬੀ ਜਗੀਰ ਕੌਰ ਜਦੋਂ ਨਿੱਜੀ ਤੌਰ ਤੇ ਧਾਰਮਿਕ ਤੌਰ ਤੇ ਸੰਕਟ ਦੇ ਵਿੱਚ ਬੁਰੀ ਤਰ੍ਹਾਂ ਫਸੇ ਸੀ ਨਾ ਉਦੋਂ ਸਾਰੇ ਦਾ ਸਾਰਾ ਜਿਹੜਾ ਉਹਨਾਂ ਨੂੰ ਉਸ ਧਾਰਮਿਕ ਸੰਕਟ ਚੋਂ ਜਾਂ ਪਰਿਵਾਰਕ ਸੰਕਟ ਚੋਂ ਬਾਹਰ ਕੱਢਿਆ ਉਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੱਢਿਆ ਸੀ ਜਾਂ ਉਹਨਾਂ ਨੇ ਏਡੇ ਵੱਡੇ ਬੀਬੀ ਜਗੀਰ ਕੌਰ ਨੂੰ ਉਸ ਸਮੇਂ ਅਜੇਹੇ ਸਮੇਂ ਚੋਂ ਗੁਜ਼ਰਨਾ ਪਿਆ ਅਜੇਹੇ ਉਹਨਾਂ ਤੇ ਤੂੰਮਤਾ ਵੀ ਲੱਗੀਆਂ ਰਹੀਆਂ ਨੇ ਇਸ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਬਣਾਇਆ ਅਜਿਹੀ ਸਥਿਤੀ ਦੇ ਵਿੱਚ ਪਿਛਲੀ ਵਾਰ ਵੀ ਉਹਨੇ ਟਰਾਈ ਕੀਤੀ ਸੀ ਇਸ ਵਾਰ ਵੀ ਟਰਾਈ ਕੀਤੀ ਹੈ ਜਿਹੜੇ ਬਾਕੀ ਮੈਂਬਰ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੂੰ ਲੱਗਾ ਹੋਊਗਾ ਕਿ ਬੀਬੀ ਜ਼ਗੀਰ ਕੌਰ ਵੀ ਜੋ ਅੱਜ ਇਸ ਮਕਾਮ ਤੇ ਪਹੁੰਚੀ ਆ ਉਹਦੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਆ ਇਹਨਾਂ ਨੇ ਦੂਜੀ ਵਾਰ ਟਰਾਈ ਕਰ ਲਈਏ ਤੁਸੀਂ ਦੇਖੋ ਨਾ ਪਿਛਲੀ ਵਾਰ ਤੋਂ ਇਹਨਾਂ ਨੂੰ 42 ਵੋਟਾਂ ਪਈਆਂ ਐਰ ਕੀ 33 ਪਈਆਂ ਮਤਦਾਨੀਆਂ ਨੋ ਨੋ ਵੋਟਾਂ ਹੋਰ ਕੱਟ ਗਿਆ ਉਦੋਂ ਤੁਹਾਡੇ ਕੋਲ ਇੰਨਾ ਜ਼ਿਆਦਾ ਲਾਮ ਲਸ਼ਕਰ ਨਹੀਂ ਹੁਣ ਤੁਹਾਡੇ ਨਾਲ ਦੇਖੋ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਰਾ ਢੀਂਟਸਾ ਸਾਹਿਬ ਸਿਕੰਦਰ ਸਿੰਘ ਮਲੂਕਾ ਗੁਰਪ੍ਰਤਾਪ ਸਿੰਘ ਵਡਾਲਾ ਸੁਰਜੀਤ ਸਿੰਘ ਰਖੜਾ ਕੁਡਾ ਵੱਡਾ ਧੜਾ ਸੀ ਐਡੇ ਵੱਡੇ ਧੜਾ ਵੀ ਤੁਹਾਨੂੰ ਵੋਟਾਂ ਨਹੀਂ ਪਵਾ ਸਕਿਆ ਜਾਂ ਤੇ ਬਾਕੀ ਧੜੇ ਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਹੋਊਗੀ ਕਿ ਜੇ ਬੀਬੀ ਜ਼ਗੀਰ ਕੌਰ ਦੇ ਹੱਕ 'ਚ ਅਸੀਂ ਜ਼ਿਆਦਾ ਯੋਰ ਲਾਤਾ ਜੇ ਬੀਬੀ ਜ਼ਗੀਰ ਕੌਰ ਪ੍ਰਧਾਨ ਬਣ ਗਈ ਤੇ ਕਾਲੀ ਦਲ ਦੀ ਸਾਡੇ ਤੋਂ ਵੀ ਵੱਡੀ ਲੀਡਰ ਬਣ ਜੇਗੀ ਕਿਉਂਕਿ ਇਹ ਸਾਰੇ ਸੈਲਫਿਸ਼ ਆ ਔਰ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸੈਲਫਿਸ਼ ਤੇ ਬਾਦਲ ਧੜਾ ਅਭੀ ਆ ਤੇ ਇਹ ਵੀ ਸੈਲਫਿਸ਼ ਆ ਹੁਣ ਲੋਕੀ ਕਹਿੰਦੇ ਕਿ ਇੰਨਾ ਚ ਵਧ ਘਟ ਕਿਹੜਾਗਾ ਉਹ ਲੋਕਾਂ ਨੇ ਦੇਖਿਆਗਾ ਹੁਣ ਕਿਉਂਕਿ 2011 ਦੀ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਇਹਦੇ ਸਾਰੇ ਬਾਦਲ ਪਰਿਵਾਰ ਦੇ ਨਾਲ ਹੀ ਆਕਾਲੀ ਦਲ ਦੇ ਨਾਲ ਆਉਣ ਵਾਲੇ ਸਮੇਂ ਜਿੱਦਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈਣਗੀਆਂ ਉਦੋਂ ਨਵੇਂ ਆਉਣਗੇ ਮੈਂਬਰ ਚੁਣ ਕੇ ਉਹ ਸ਼ਾਇਦ ਆਕਾਲੀ ਦਲ ਤੋਂ ਨਾ ਸਬੰਧ ਰੱਖ ਦੇਣ ਪਰ ਆ ਜਿਹੜੀ ਸੁਭੀ ਸਿੰਘ ਬਾਦਲ ਨੇ ਘਰ ਬੈਠ ਕੇ ਉਹ ਜਿਹੜੀ ਕਹਿੰਦੇ ਹੁੰਦੇ ਨਾ neck to neck ਜਾਂ ਜਿਹੜਾ ਉਹਨਾਂ ਨੇ ਫੀਲਡ ਗੋਲ ਕੀਤਾ ਜਾਂ ਜਿਹੜੀ ਉਹਨਾਂ ਦੀ ਰਣਨੀਤੀ ਆ ਉਤੋਂ ਸਾਬਤ ਹੋ ਚੁੱਕਾ ਕਿ ਸੁਭੀ ਸਿੰਘ ਬਾਦਲ ਦੀ ਹੱਲੇ ਪਾਰਟੀ ਤੇ ਪਕੜ ਆ ਕਿਉਂਕਿ ਸ਼੍ਰੋਮਣੀ ਗੁਰਦਾ ਸਾਹਿਬ ਪ੍ਰਬੰਧਕ ਕਮੇਟੀ ਦੇ ਵਿੱਚ ਦੇਖੋ ਸਾਫ ਪਤਾ ਲੱਗਿਆ ਕਿ 175 ਜੋ 142 ਬੰਦੇ ਸੁਭੀ ਸਿੰਘ ਬਾਦਲ ਦੇ ਨੇ ਕਿੱਡਾ ਵੱਡਾ ਧੜਾ ਇੱਕ ਪਾਸੇ 142 ਇੱਕ ਪਾਸੇ ਕੱਲੇ 33 ਜਾਂਦੇ ਹੋਵੇ ਲੜਾਈ 55 ਦੀ ਇਥੇ ਲੜਾਈ 60 40 ਦੀ ਨਹੀਂ ਹੈ ਇੱਥੇ ਦੇ 99 ਤੇ 1% ਦੀ ਲੜਾਈ ਹੈਗੀ ਆ ਹੁਣ ਜਿਹੜੀ ਬੀਬੀ ਜਗੀਰ ਕੌਰ ਅੱਜ ਜੇ ਜੇਸ ਹਸਾਬ ਦੇ ਨਾਲ ਉਹਨੇ ਬੋਲੇ ਕਿ ਲਾਸ਼ਾਂ ਨੇ ਇਹ ਧਾਨ ਖਾ ਗਏ ਪਤਾ ਨਹੀਂ ਕੀ ਕੁਝ ਬੋਲਿਆ ਹੈਗਾ ਹੁਣ ਸਾਰੇ ਤੇ ਏਵੀ ਤੇ ਜਿਹੜੇ ਵੀ ਪ੍ਰੋਫੈਸਰ ਚੰਦੂ ਮਾਰਾ ਹੋਣੀ ਬੀਬੀ ਜਗੀਰ ਕੌਰ ਹੋਣੀ ਬਾਕੀ ਧੜਾ ਉਹ ਵੀ ਤਕੀ ਮਤਲ ਉਹ ਵੀ ਤੇ ਪਹਿਲਾਂ ਬਾਦਲ ਪਰਿਵਾਰ ਜਾਂ ਸ਼ਰਮੀ ਕਾਲੀਦਲ ਦੀਆਂ ਲਾਸ਼ਾਂ ਹੀ ਇਹਦਾ ਮਤਲ ਮਤਲ ਜੇ ਤੁਸੀਂ ਅੱਡ ਹੋਗੇ ਤੁਹਾਨੂੰ ਵੋਟਾਂ ਨਹੀਂ ਪਈਆਂ ਤੇ ਤੁਸੀਂ ਜਿਹੜੇ ਮੈਂਬਰ ਸੀ ਵੋਟਰਸ ਸੀ ਜਿਹੜੇ ਉਹਨਾਂ ਨੂੰ ਤੁਸੀਂ ਲਾਸ਼ਾਂ ਕਹਿ ਲਾਪੇ ਤੇ ਤੁਸੀਂ ਵੀ ਤੇ ਲਾਸ਼ਾਂ ਹੀ ਅੱਜ ਤੁਸੀਂ ਸ਼੍ਰੋਮਣੀ ਕਾਲੀ ਦਾ ਛੜਤਾ ਹੈਗਾ ਤੇ ਤੁਸੀਂ ਕਹਿੰਦੇ ਕਿ ਸਾਡੇ ਚ ਜਾਨ ਹੈਗੀ ਆ ਅਸੀਂ ਲਾਸ਼ਾਂ ਨਹੀਂ ਹੈਗੀਆਂ ਅਸੀਂ ਝੋਲੀ ਚੁੱਕ ਨਹੀਂ ਹੈਗੇ ਨਾ ਤੁਹਾਡੇ ਸਾਰਿਆਂ ਦੇ ਜ਼ਮੀਰ ਵਿਕੇ ਆ ਗਏ ਨੇ ਲਾਸ਼ ਹੋ ਨਹੀਂ ਹੈਗਾ ਬੰਦਾ ਸਿਆਸਤ ਦੇ ਵਿੱਚ ਜਾਂ ਹੋਰ ਆਪਣੇ ਜ਼ਿੰਦਗੀ ਦੇ ਵਿੱਚ ਜਿਸ ਨੇ ਆਪਣੀ ਜ਼ਮੀਰ ਨਹੀਂ ਵੇਚੀ ਜਿਸ ਨੇ ਆਪਣੀ ਜ਼ਮੀਰ ਨਹੀਂ ਮਾਰਨ ਦਿੱਤੀ ਤੇ ਤੁਸੀਂ ਤੇ ਸਾਰੇ ਲੋਕਾਂ ਨੇ ਪਲ-ਪਲ ਆਪਣੀ ਜ਼ਮੀਰ ਮਾਰਨ ਵੀ ਦਿੱਤੀ ਤੇ ਵਿੱਚ ਵੀ ਆਦੇ ਤੇ ਉਹਦੇ ਲਾਸ਼ ਹੀ ਆ ਉਹ ਕਹਿੰਦੇ ਨੇ ਬਹੁਤ ਵੱਡੇ ਪੰਜਾਬ ਦੇ ਇੱਕ ਲੀਡਰ ਕਹੇਗੇ ਨੇ ਕਿ ਇੱਕ ਤਾਂ ਬੰਦਾ ਰੋਜ਼-ਰੋਜ਼ ਮਰਦਾ ਹੂੰ ਇੱਕ ਮਰਦਾ ਨਹੀਂ ਹੈਗਾ ਨਾ ਜਿਨੇ ਆਪਣੀ ਜ਼ਮੀਰ ਵੇਚਤੀ ਰੋ-ਰੋਈ ਮਰਦਾ ਹੈਗਾ ਕੋ ਜਿਹਨਾਂ ਨੇ ਆਪਣੀ ਜ਼ਮੀਰ ਨਹੀਂ ਵੇਚੀ ਉਹ ਬੰਦੇ ਸ਼ਹੀਦ ਹੋ ਜਾਂਦੇ ਅਗਨੇ ਹੁਣ ਜਹੀ ਸਥਿਤੀ ਦੇ ਵਿੱਚ ਜੋ ਅੱਜ ਬੀਬੀ ਜ਼ਗੀਰਕੌਰ ਦਾ ਰੋਸਾ ਵਾ ਮਤਲਬ ਜਦੋਂ ਮਤਲਬ ਜਦੋਂ ਕਿਉਂਕਿ ਵੋਟ ਤੰਤਰ ਆ ਲੋਕਤੰਤਰ ਆ ਤੁਹਾਨੂੰ ਲੋਕਾਂ ਨੇ 175 ਦੇ ਵਿੱਚੋਂ ਤੁਹਾਨੂੰ 33 ਲੋਕਾਂ ਨੇ ਪਸੰਦ ਕੀਤਾਗਾ 142 ਲੋਕਾਂ ਨੇ ਨਹੀਂ ਪਸੰਦ ਕੀਤਾ ਤੇ ਉਹ ਲਾਸ਼ਾਂ ਥੜਾ ਹੋ ਗਿਆ ਉਹਨਾਂ ਚ ਵਿੱਚ ਕੋਈ ਜ਼ਮੀਰ ਵਾਲੇ ਹੋਣਗੇ ਔਰ ਹੁਣ ਤੁਸੀਂ ਕਹਿ ਰਹੇ ਨੇ ਕਿ ਪਹਿਲਾਂ ਤੇ ਸਾਰੇ ਤੁਸੀਂ ਲੋਕ ਜਦੋਂ ਪਹਿਲੀ ਵਾਰ 1997 98 ਦੇ ਵਿੱਚ ਬੀਬੀ ਪ੍ਰਧਾਨ ਬਣੇ ਨੇ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਤੇ ਤੁਸੀਂ ਵੀ ਤੇ ਲਫਾਫੇ ਚੋਂ ਨਿਕਲੇ ਸੀ ਲਫਾਫਾ ਕਲਚਰ ਤਾਂ ਚੱਲਦਾ ਹੀ ਰਿਹਾ ਹੈ ਤੇ ਜੀ ਸਥਿਤੀ ਚ ਮੈਨੂੰ ਲੱਗਦਾ ਹੈ ਕਿ ਵੋਟਰਾਂ ਨੂੰ ਅ ਜਿਹੜਾ ਨਿੰਦਣਾ ਉਹ ਮਾੜੀ ਗੱਲ ਆ ਤੁਸੀਂ ਸ਼ਾਇਦ ਇੰਨੇ ਹੱਲੇ ਕਾਬਲੀਅਤ ਲੋਕਾਂ ਨੇ ਤੁਹਾਡੀ ਨਹੀਂ ਪਛਾਣੀ ਕਿ ਬੀਬੀ ਜ਼ਗੀਰ ਕੋਰ ਨੂੰ ਪ੍ਰਧਾਨ ਲਗਾਇਆ ਜਾਵੇ ਉਹਨਾਂ ਲੱਗਾ ਕਿ ਧਾਮੀ ਸਾਹਿਬ ਹੀ ਬੈਟਰ ਨੇ ਜਾਂ ਉਹਨਾਂ ਨੂੰ ਲੱਗਾ ਕਿ ਧਾਮੀ ਸਾਹਿਬ ਦੇ ਪਿੱਛੇ ਸੁਬੀਸ਼ ਸਿੰਘ ਬਾਦਲ ਨੇ ਇਸ ਕਰਕੇ ਵੋਟਰਾਂ ਪੈ ਗਏ ਤੇ ਤੁਹਾਡੇ ਬਾਰੇ ਉਹਨਾਂ ਨੇ ਇਹ ਸੋਚਿਆ ਕਿ ਤੁਸੀਂ ਹੱਲੇ ਹੋਸਾਦਾ ਕਿ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਸ ਲੈਵਲ ਤੇ ਨਹੀਂ ਪਹੁੰਚੇ ਤੇ ਜਿਹੜੇ ਤੁਹਾਡੇ ਪਿੱਛੇ ਸਪੋਰਟਰ ਨੇ ਹਮਦਰਦ ਨੇ ਤੁਹਾਡੇ ਉਹਨਾਂ ਨੂੰ ਉਹ ਗਲੇ ਨਹੀਂ ਲੋਕਾਂ ਨੇ ਸੋਚਿਆ ਹੋਗਾ ਕਿ ਸੁਬੀਰ ਸਿੰਘ ਬਾਦਲ ਦੇ ਨੇੜੇ ਤੇੜੇ ਨਹੀਂ ਹੈ ਚਾਹੇ ਜਿਹੜਾ ਵੀ ਤੁਹਾਡਾ ਕਾਲੀ ਸੁਧਾਰ ਰਹਾ ਹੈ ਤੇ ਜੇ ਇਸ ਸਥਿਤੀ 'ਚ ਮੈਨੂੰ ਲੱਗਦਾ ਹੈ ਕਿ ਇਹ ਸੁਬੀਰ ਸਿੰਘ ਬਾਦਲ ਨੇ ਸਾਬਤ ਕਰ ਦਿੱਤਾ ਕਿ ਕਾਲੀ ਦਲ ਦਾ ਰਾਜਾ ਉਹੀ ਆ ਕਾਲੀ ਦਲ ਉਹਨਾਂ ਦਾ ਹੀ ਆ ਤੇ ਕਾਲੀ ਦਲ ਦੀ ਅਗਵਾਈ ਉਹੀ ਕਰੇਗਾ ਇਹ ਅੱਜ ਦੀ ਜਿਹੜੀ ਚੋਣ ਹੋਈ ਹੈ ਉਸ ਤੋਂ ਸੁਬੀਰ ਸਿੰਘ ਬਾਦਲ ਇਹ ਵਾਲੀ ਜਿਹੜੀ ਪੰਥਕ ਉਹ ਕਹਿ ਸਕਦੇ ਨੇ ਜਿਹੜੀ ਇਲੈਕਸ਼ਨ ਸ਼੍ਰੋਮਣੀ ਗੁਰਦਾ ਪਰਬੰਧਕ ਮਿ ਉਹਦੇ ਚ ਉਹਨੇ ਆਪਣੇ ਆਪ ਨੂੰ ਇੱਕ ਸਾਬਤ ਕਰ ਦਿੱਤਾ ਹੈਗਾ ਕਿ ਮੈਂ ਹੀ ਹੱਲੇ ਸ਼੍ਰੋਮਣੀ ਕਾਲੀ ਦਲ ਦਾ ਕਰਤਾ ਧਰਤਾ ਹੈ ਤੇ ਮੈਂ ਹੀ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦਾ ਧਰਤਾ ਕਰਤਾ ਤਰਤਾ ਹਾਂ ਇਹ ਜਿਹੜੇ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਮੈਂਬਰ ਚੁਣ ਅੱਜ ਜਿਨ੍ਹਾਂ ਨੇ ਧਾਮੀ ਸਾਹਿਬ ਨੂੰ ਵੋਟਾਂ ਪਾਈਆਂ ਸੁਭੀਤ ਸਿੰਘ ਬਾਦਲ ਦੇ ਕਹਿਣ ਤੇ ਵੋਟਾਂ ਪਾਈਆਂ ਉਹਨਾਂ ਦੇ ਪਿੱਛੇ ਪੰਥ ਨਹੀਂ ਆ ਉਹਨਾਂ ਦੇ ਪਿੱਛੇ ਵੋਟਰ ਨਹੀਂ ਆ ਪਰ ਆਹ ਵਾਲੇ ਕਿਉਂਕਿ ਇਸ ਟਾਈਮ ਉਹ ਵਾਲਾ ਮਾਹੌਲ ਬਣਿਆ ਸੀ ਸ਼੍ਰੋਮਣੀ ਕਾਲੀ ਦਲ ਲੈ ਕੇ ਕਿ ਇੱਕ ਪਾਸੇ ਉਹਨਾਂ ਨੇ ਜਿਮਨੀ ਚੋਣਾ ਵੀ ਲੜਨ ਦਾ ਨਹੀਂ ਫੈਸਲਾ ਕੀਤਾ ਵੀ ਅਸੀਂ ਚੋਣਾ ਨਹੀਂ ਲੜਦਿਆਂ ਇੱਕ ਉਹ ਵੱਡਾ ਸੰਕਟ ਸੀ ਕਾਲੀ ਦਲ ਸੁਧਾਰ ਲਿਆ ਔਰ ਇੱਕ ਬਹੁਤ ਵੱਡਾ ਸੰਕਟ ਆ ਔਰ ਦੂਜੀ ਗੱਲ ਹੈ ਕਿ ਲਗਾਤਾਰ ਉਹਨਾਂ ਨੂੰ ਹਾਰਾਂ ਮਿਲ ਰਹੀਆਂ ਨੇ ਚੌਥੀ ਗੱਲ ਜਿਵੇਂ ਉਹ ਇਲਜ਼ਾਮ ਲਾ ਰਹੇ ਨਹੀਂ ਕਿ ਪੰਜਾਬ ਸਰਕਾਰ ਦੇ ਜਿਹੜੇ ਐਮਐਲਏ ਨੇ ਉਹ ਸ਼੍ਰੋਮਣੀ ਗੁਰੂ ਦਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੂੰ ਫੋਨ ਕਰ ਰਹੇ ਨੇ ਬੀਜੇਪੀ ਇੰਟਰਵਿਨ ਕਰ ਰਹੀ ਆ ਆਰਐਸਐਸ ਇੰਟਰਵਿਨ ਕਰ ਰਹੀ ਹੈ ਅਜਿਹੇ ਮਾਹੌਲ ਦੇ ਵਿੱਚ ਸੁਬੀਰ ਸਿੰਘ ਬਾਦਲ ਦਾ ਧੜਾ ਮੁਰਤੇ ਕਾਬਜ ਹੁੰਦਾ ਇਹਦਾ ਮਤਲਬ ਹੈ ਕਿ ਸੁਬੀਰ ਸਿੰਘ ਬਾਦਲ ਦਾ ਹਲੇ ਪਾਰਟੀ ਤੇ ਬਹੁਤ ਜ਼ਿਆਦਾ ਪਕੜਾ ਬਹੁਤ ਜ਼ਿਆਦਾ ਮਜ਼ਬੂਤ ਆ ਉਥੇ ਢੀੜਸਾ ਸਾਹਿਬ ਦੀ ਨਹੀਂ ਚੱਲੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਜ ਦਾ ਸਾਹਿਬ ਦੀ ਨਹੀਂ ਚੱਲੀ ਸਿਕੰਦਰ ਸਿੰਘ ਮਲੂਕਾ ਸਾਹਿਬ ਦੀ ਨਹੀਂ ਚੱਲੀ ਸੁਰਜੀਤ ਸਿੰਘ ਰਖੜਾ ਸਾਹਿਬ ਦੀ ਨਹੀਂ ਚੱਲੀ ਤੇ ਦੂਜੇ ਉਹਨਾਂ ਦੀ ਨਹੀਂ ਚੱਲੀ ਗੁਰਪ੍ਰਤਾਪ ਸਿੰਘ ਵਡਾਲਾ ਦੀ ਨਹੀਂ ਚੱਲੀ ਬੀਬੀ ਜ਼ਗੀਰ ਕੌਰ ਦੀ ਨਹੀਂ ਚੱਲੀ ਇਹਦਾ ਮਤਲਬ ਹੈ ਜਿਹੜੇ ਕਾਲੀ ਦਲ ਦੇ ਵਿੱਚ ਲੋਕ ਨੇ ਜਿੰਨੇ ਵੀ ਹੈਗੇ ਉਹਨਾਂ ਨੇ ਕਬੂਲ ਹੈ ਕਿ ਸਾਨੂੰ ਸੁਬੀਰ ਸਿੰਘ ਬਾਦਲ ਦੀ ਹੀ ਅਗਵਾਈ ਕ ਜਿਵੇਂ ਬੀਬੀ ਜ਼ਗੀਰ ਕੌਰ ਰੋ ਪਏ ਕਿ ਬੀਬੀ ਜ਼ਗੀਰ ਕੌਰ اپنی ہار ہار ਨੂੰ ਲੈ ਕੇ ਉਹਨਾਂ ਨੂੰ ਅੰਦਾਜ਼ਾ ਨਹੀਂ ਸੀਗਾ ਕਿ ਮੈਨੂੰ ਹਾਰ ਹੋ ਜੇਗੀ ਕਿ ਆਪਣੇ ਜਿੱਤ ਨੂੰ ਲੈ ਕੇ ਉਹ ਓਵਰ ਕੰਫੀਡੈਂਟ ਸੀਗੇ ਨਹੀਂ ਇਦਾਂ ਕਹਦੇ ਸੀ ਲਿਟਰਲੀ ਨਹੀਂ ਰੋਏ ਹੈਗੇ ਲੇਕਿਨ ਜਿਸ ਹਿਸਾਬ ਦੇ ਨਾਲ ਜਿਸ ਹਿਸਾਬ ਨਾਲ ਉਹਨਾਂ ਨੇ ਲਾਸ਼ਾਂ ਗਿਆ ਉਹ ਬੰਦਾ ਉਹ ਕਿਉਂਕਿ ਹਾਰ ਤੇ ਹਾਰ ਹੀ ਹੁੰਦੀ ਹੈ ਨਾ ਜੀ ਤੇ ਉਹ ਜ਼ਰੂਰ ਉਹਨਾਂ ਦੇ ਚਿਹਰੇ ਤੋਂ ਝਲ ਗਿਆ ਕਿ ਬੀਬੀ ਰੋਂਦੇ ਨਾ ਜਿੱਦਾਂ ਕੋਈ ਵੀ ਗੇਮ ਹੁੰਦੇ ਨਾ ਬੰਦਾ ਹਾਰ ਜਾਂਦਾ ਉਦਾਂ ਦੀ ਸ਼ਕਲ ਬਣ ਜਾਂਦੀ ਹੈਗੇ ਨਾ ਮੋਰਨ ਸਵਾਲ ਇਹ ਹੈ ਕਿ ਓਵਰ ਕੌਨਫੀਡੈਂਸ ਜਾਂ ਜਿਵੇਂ ਇਲਜ਼ਾਮ ਸ਼ੁਰੂਮਨੀ ਕਾਦੀਰ ਲੰਦਰ ਹੈ ਕਿ ਪੰਜਾਬ ਸਰਕਾਰ ਵੀ ਮਦਦ ਕਰ ਰਹੀ ਹੈ ਜਾਂ ਸੈਂਟਰ ਸਰਕਾਰ ਵੀ ਮਦਦ ਕਰ ਰਹੀ ਹੈ ਪਰ ਇਹਨਾਂ ਨੂੰ ਇਹ ਅਮੀਰ ਸੀ ਇਸ ਵਾਰ ਕਿ ਸਾਨੂੰ ਅਸੀਂ ਜਿੱਤਾਂਗੇ ਕਿਉਂਕਿ ਅੱਜ ਇੱਕ ਲੈਟਰ ਵਾਇਰਲ ਹੋਇਆ ਜਿਹਦੇ ਚ ਟਾਈਪ ਕੀਤਾ ਹੋਇਆ ਸੀ ਕਿ ਉਹਦੇ ਪਿੱਛੇ ਇੱਕ ਖਾਕੀ ਕਲਰ ਦੀ ਇੱਕ ਫਾਈਲ ਸੀ ਜਿਹਦੇ ਵਿੱਚ ਪੰਜਾਬ ਸਰਕਾਰ ਲਿਖੇ ਇੱਕ ਚਿੱਠੀ ਕਾਫੀ ਸਵੇਰ ਤੋਂ ਵਾਇਰਲ ਹੁੰਦੀ ਰਹੀ ਆ ਉਹ ਚਿੱਠੀ ਕਿੱਥੋਂ ਵਾਇਰਲ ਹੋਈ ਆ ਕੀ ਉਹਦੇ ਪਿੱਛੇ ਮਨਸੂਬੇ ਸੀ ਕੀ ਮਕਸਦ ਸੀ ਉਸ ਤੋਂ ਵੀ ਸਪਸ਼ਟ ਹੋ ਚੁੱਕਾ ਹੈ ਕਿ ਕੋਈ ਨਾ ਕੋਈ ਸ਼ਰਾਰਤ ਹੋ ਰਹੀ ਇਹ ਫਾਈਲ ਪੰਜਾਬ ਸਰਕਾਰ ਦੀ ਤੇ ਨਹੀਂ ਕਿਹਾ ਜਾਂਦਾ ਪਰ ਕਿਸੇ ਨੇ ਸ਼ਰਾਰਤ ਕੀਤੀ ਆ ਸ਼ਰਾਰਤ ਦਾ ਫਾਇਦਾ ਬੀਬੀ ਜ਼ਗੀਰ ਕੌਰ ਨੂੰ ਨਹੀਂ ਹੋਇਆ ਹਾਲਾਂਕਿ ਬੀਬੀ ਜ਼ਗੀਰ ਕੌਰ ਹੋਣਾ ਨੇ ਵੀ ਮੰਨ ਲਿਆ ਕਿ ਤਾਂ ਸਾਨੂੰ ਨਹੀਂ ਪਤਾ ਤੇ ਆਪ ਸੋਸ਼ਲ ਮੀਡੀਆ ਦੇਖਾ ਇਹਦੇ ਪਿੱਛੇ ਕਿਹੜੀ ਏਜੰਸੀ ਸੀ ਸਟੇਟ ਏਜੰਸੀ ਸੈਂਟਰ ਏਜੰਸੀ ਸੀ ਇਹ ਸ਼ਰਾਰਤ ਕਿਨੇ ਹੋਈ ਆ ਔਰ ਸ਼੍ਰੋਮਨਗੋ ਦਾ ਪ੍ਰਬੰਧ ਕਮੇਟੀ ਦੇ ਕੇਸ ਦੀ ਨਜ਼ਰ ਸੀ ਹੁਣ ਇਹ ਜਿਹੜਾ ਬੀਬੀ ਦਾ ਕਿ ਕੌਨਫੀਡੈਂਸ ਜਾਂ ਓਵਰ ਕੌਨਫੀਡੈਂਸ ਦਾ ਸਵਾਲ ਇਹ ਆ ਕਿ ਲੋਕਾਂ ਨੇ ਭਰੋਸਾ ਨਹੀਂ ਜਿੱਤਾ ਕਿਉਂਕਿ ਸਾਰੇ ਭਰੋਸਾ ਖੋ ਚੁੱਕੇ ਨੇ ਇਹ ਭਰੋਸੇਮੰਦ ਲੀਡਰ ਨਹੀਂ ਹੋਏ ਕਿਉਂਕਿ ਇਹ ਸਾਰੇ ਦੇ ਸਾਰੇ ਪਹਿਲਾਂ ਬਾਦਲ ਪਰਿਵਾਰ ਦੀਆਂ ਸੋਹਾਂ ਖਾਂਦੇ ਰਹੇ ਨੇ ਜਿਹੜੇ ਇਹ ਲੋਕ ਆਪ ਸੋਹਾਂ ਖਾਂਦੇ ਰਹੇ ਹੁਣ ਬੀ ਸੁਬੀ ਸਿੰਘ ਬਾਦਲ ਵਰਗਾ ਲੀਡਰ ਨਹੀਂ ਪ੍ਰਕਾਸ਼ ਸਿੰਘ ਬਾਦਲ ਵਰਗਾ ਤੇ ਧਰਤੀ ਦੇ ਜੰਮਣਾ ਨਹੀਂ ਆਣਾ ਤੇ ਉਹ ਉਹ ਲੋਕ ਕਿਵੇਂ ਭਰੋਸਾ ਕਰਨਗੇ ਤੁਸੀਂ ਤੇ ਪਹਿਲਾਂ ਆਪ ਬਾਦਲ ਪਰਿਵਾਰ ਦੀ ਕਲਾਣਕ ਤਰੀਫਾਂ ਕਰ ਦੇ ਰਹੇ ਨੇ ਪੀੜੀਦਾਰ ਪੀੜੀ ਉਹਨਾਂ ਦੇ ਸੋਲੇ ਗਾਉਂਦੇ ਰਹੇ ਹੋ ਤੇ ਲੋਕੀ ਕਹਿੰਦੇ ਵੀ ਜੇ ਤੁਸੀਂ ਪੀੜੀਦਾਰ ਪੀੜੀ ਸੋਲੇ ਗਾਉਂਦੇ ਰਹੇ ਤੇ ਸਾਨੂੰ ਢਿੱਡ ਭੀੜ ਹੋ ਰਹੀ ਆ ਉਹਨਾਂ ਲੱਗਾ ਕਿ ਨਹੀਂ ਸੁਬੀ ਸਿੰਘ ਬਾਦਲ ਔਰ ਕਿਉਂਕਿ 217 ਦੀ ਗੱਲ ਕਰੋ 19 ਦੀ ਗੱਲ ਕਰੋ 22 ਦੀ ਗੱਲ ਕਰੋ 24 ਦੀ ਗੱਲ ਕਰੋ ਪੋਲੀਟਿਕਲ ਜਮਾਤਾਂ ਹਾਰ ਦਿਆਂ ਰਹਿੰਦੀਆਂ ਨੇ ਜਿੱਤ ਦਿਆਂ ਰਹਿੰਦੀਆਂ ਨੇ ਪਰ ਅਜਿਹੀ ਸਥਿਤੀ ਜਿਹੜੇ ਹਾਰ ਜਾਂਦੀਆਂ ਪਾਰਟੀਆਂ ਤੇ ਜਿਹੜੀਏ ਬੰਦੇ ਫਿਰ ਲੀਡਰ ਪਾਰਟੀ ਉਸ ਨੂੰ ਛੱਡ ਦਿੰਦੇ ਹੈਗੇ ਨਾ ਉਹ ਸਭ ਤੋਂ ਵੱਧ ਆਪਣਾ ਭਰੋਸਾ ਗਵਾ ਚੁੱਕੇ ਹੁੰਦੇ ਨੇ ਕਿ ਅੱਜ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਬੀਰ ਸਿੰਘ ਬਾਦਲ ਦੇ ਵੀ ਸਿਆਸੀ ਤੌਰ ਤੇ ਜਿਹੜੇ ਮਾੜੇ ਦਿਨ ਚੱਲ ਰਹੇ ਨੇ ਤੇ ਸ਼ਰੋਮਨੀ ਕਾਲੀ ਦਲ ਦੇ ਵੀ ਮਾੜੇ ਦਿਨ ਚੱਲੇ ਪਰ ਜਿਨ੍ਹਾਂ ਨੇ ਇਸ ਪਾਰਟੀ ਦੇ ਵਿੱਚ ਰਹਿ ਕੇ ਮਲਾਈਆਂ ਖਾਧੀਆਂ ਖੁੱਦ ਮਲਾਈਆਂ ਖਾਧੀਆਂ ਧੀਆਂ ਪੁੱਤਾਂ ਨੇ ਮਲਾਈਆਂ ਖਾਧੀਆਂ ਨੇ ਜਵਾਈਆਂ ਭਾਈਆਂ ਨੇ ਮਲਾਈਆਂ ਖਾਧੀਆਂ ਅੱਜ ਉਸ ਬੀ ਸਿੰਘ ਬਾਦਲ ਨੂੰ ਵੀ ਮਾੜਾ ਕਹਿ ਰਹੇ ਨੇ ਤੇ ਸ਼੍ਰੋਮਣੀ ਕਾਲੀ ਦਲ ਨੂੰ ਵੀ ਕਹਿ ਰਹੇ ਇਸ ਕਰਕੇ ਇਹਨਾਂ ਦਾ ਲੋਕਾਂ ਦਾ ਭਰੋਸਾ ਟੁੱਟਿਆ ਇਸੇ ਕਰਕੇ ਜਿਹੜੇ ਸ਼੍ਰੋਮਣੀ ਦਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਹੁਣ ਇਹ ਕਹਿ ਰਹੇ ਕਿ ਖਰੀਦੋ ਫਰੁਕਤ ਦੀ ਗੱਲ ਹੋਊਗੀ ਪਰ ਇਹਨਾਂ ਨੂੰ ਪੁੱਛੇ ਕਿ ਪਹਿਲਾਂ ਵੀ ਇਦਾਂ ਹੀ ਕੰਮ ਚੱਲਦਾ ਰਿਹਾ ਕਿਉਂਕਿ ਸ਼੍ਰੋਮਣੀ ਦਾ ਪ੍ਰਬੰਧਕ ਕਮੇਟੀ ਦੇ ਵਿੱਚ ਪਹਿਲਾਂ ਵੀ ਵੋਟਾਂ ਪੈਂਦੀਆਂ ਰਹੀਆਂ ਨੇ ਪਹਿਲਾਂ ਵੀ ਜਿਹੜੇ ਐਂਟਰੀ ਬਾਦਲ ਧੜੇ ਸੀ ਉਹ ਖੜੇ ਹੁੰਦੇ ਰਹੇ ਨੇ ਮਤਲਬ ਉਦੋਂ ਵੀ ਕਾਲੀ ਦਲ ਵੋਟਾਂ ਖਰੀਦਦਾ ਰਿਹਾਗਾ ਇਹ ਜਦੋਂ ਬੰਦਾ ਹਾਰ ਜਾਂਦਾ ਨਾ ਉਦੋਂ ਇਹ ਲੋਕ ਫਿਰ ਉਹ ਸਵਾਲ ਖੜੇ ਕਰਦੇ ਨੇ ਬਹੁਤ ਸਾਰੇ ਇਸ ਮਸਲੇ ਦੇ ਵਿੱਚ ਕਿ ਆ ਸਾਡੇ ਨਾਲ ਧੱਕਾ ਹੋ ਗਿਆ ਹੁਣ ਇਸ ਮਸਲੇ ਜਿਹੜੀ ਅੱਜ ਇਲੈਕਸ਼ਨ ਹੋਈ ਨਾ ਉਹਦੇ ਚ ਬੜਾ ਖੂਬਸੂਰਤ ਉਹਨਾਂ ਨੇ ਲਿਖਿਆ ਵਾ ਮੈਂ ਪੜ੍ਹ ਵੀ ਦਿਨੇ ਆਗੇ ਕਿ ਉਹਨਾਂ ਨੇ ਲਿਖਿਆ ਇਸ ਮਸਲੇ ਦੇ ਵਿੱਚ ਕੋਈ ਕਲੈਕਸ਼ਨ ਹੋਈ ਆ ਤੇ ਜਦੋਂ ਬੀਬੀ ਜਗੀਰ ਕੌਰ ਨੇ ਆ ਕੇ ਜਿਹੜੀ ਟਿੱਪਣੀ ਕੀਤੀ ਨਾ ਉਹਨੂੰ ਲੈ ਕੇ ਜਿ ਬੀਬੀ ਟਿੱਪਣੀ ਬੀਬੀ ਨੇ ਕੀ ਕੀਤੀ ਆ ਕਿ ਇਹ ਸਭ ਲਾਸ਼ਾਂ ਨੇ ਇਹਨਾਂ ਵਿੱਚ ਜਮੀਰਾ ਨਹੀਂ ਆ ਹਨਾ ਬੀਬੀ ਜਗੀਰ ਕੌਰ ਨੇ ਕਿਹਾ ਉਸ ਤੇ ਟਿੱਪਣੀ ਕੀਤੀ ਆ ਪਾਲੀ ਭਪਿੰਦਰ ਸਿੰਘ ਸਾਹਿਬ ਹੋਣਾ ਉਹ ਕਹਿੰਦੇ ਨੇ ਆਪਾਂ ਪੜ੍ਹ ਦਿੰਦੇ ਆ ਹੂਬ ਹੂਬ ਕਿ ਕੈਪਟਨ ਮਰਿੰਦਰ ਸਿੰਘ ਸੁਨੀਲ ਜਾਖੜ ਤੇ ਬੀਬੀ ਜਗੀਰ ਕੌਰ ਵਿੱਚ ਕੀ ਸਾਂਝਾ ਇਹੀ ਕਿ ਤਿੰਨੇ ਜਦੋਂ ਆਪਣੇ ਤੱਕ ਆਪਣੀਆਂ ਪਾਰਟੀਆਂ ਵਿੱਚ ਰਹੇ ਰੱਜ ਕੇ ਸਹੂਲਤਾਂ ਮਾਣਦੇ ਰਹੇ ਪਰ ਜਦੋਂ ਉਹਨਾਂ ਨੂੰ ਕਿਸੇ ਕਰਨ ਆਪਣੀ ਪੁੱਛ ਪ੍ਰਤੀਤ ਘੱਟ ਦੀ ਲੱਗੀ ਉਹ ਆਪਣੀ ਦਿਹਾਕੀਆਂ ਪ੍ਰਾਣੀ ਪਾਰਟੀ ਨੂੰ ਲੱਤ ਮਾਰ ਕੇ ਭਾਜਪਾ ਚਲੇ ਗਏ ਸਿੱਟਾ ਕੈਪਟਨ ਸਾਹਬ ਦੁਖੀ ਹੋ ਕੇ ਆਖਰੇ ਨੇ ਕਿ ਭਾਜਪਾ ਪੰਜਾਬ ਸਬੰਧੀ ਫੈਸਲੇ ਲੈਣ ਲੱਗਿਆ ਕਦੇ ਉਹਨਾਂ ਨੂੰ ਨਹੀਂ ਪੁੱਛਦੀ ਜਾਕੜ ਸਾਹਿਬ ਭਾਜਪਾ ਹੀ ਛੱਡਣ ਨੂੰ ਤਿਆਰ ਹਨ ਤੇ ਬੀਬੀ ਜਗੀਰ ਕੌਰ ਅਕਾਲੀ ਦਲ ਦੇ ਹੀ ਖਿਲਾਫ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਤੇ 107 ਦੇ ਮੁਕਾਬਲੇ 33 ਵੋਟਾਂ ਦੇ ਲੈ ਕੇ ਨਾ ਸਿਰਫ ਚੋਣ ਹਾਰੀ ਸਗੋਂ ਆਪਣਾ ਸਿਆਸੀ ਆਧਾਰ ਵੀ ਦਾਤਲਾ ਬੈਠੀ ਸਗੋਂ ਉਸ ਨੇ ਅਤੇ ਉਸ ਦੇ ਤਸਕਿਤ ਸੁਧਾਰ ਟੋਲੇ ਨੇ ਸਬੀਰ ਸਿੰਘ ਬਾਦਲ ਨੂੰ ਇਹ ਸਾਬਦ ਕਰਦਾ ਮੌਕਾ ਦਿੱਤਾ ਕਿ ਨਾ ਉਹ ਤੇ ਨਾ ਅਕਾਲੀ ਦਲ ਹਲੇ ਖਤਮ ਹੋਇਆ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਜਗੀਰ ਕੌਰ ਨੂੰ ਜਿਤਾਉਣ ਲਈ ਅੰਦਰ ਖਾਤੇ ਕਿਵੇਂ ਸਰਕਾਰਾਂ ਏਜੰਸੀਆਂ ਅਤੇ ਹੋਰ ਪਾਰਟੀਆਂ ਦਾ ਜ਼ੋਰ ਲੱਗਿਆ ਸੀ ਮੈਂਬਰਾਂ ਨੂੰ ਡਰਾਇਆ ਤੇ ਵਰਗਲਾਇਆ ਜਾ ਰਿਹਾ ਸੀ ਇੱਕ ਪੱਤਰਕਾਰ ਮਿੱਤਰ ਦੇ ਦੱਸਣ ਮੁਤਾਬਕ ਥਾਲੀਆਂ ਦੇ ਮੂੰਹ ਖੋਲ ਦਿੱਤੇ ਗਏ ਸਨ ਇਸ ਦੇ باوجود ਵੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਆਪਣੀ ਪਕੜ ਬਰਕਰਾਰ ਰੱਖੀ ਉਨ੍ਹਾਂ ਦੇ ਮੈਂਬਰਾਂ ਪ੍ਰਤੀ ਇਹ ਕਹਿਣਾ ਇੱਕ ਚੁਟਕਲੇ ਤੋਂ ਵੱਧ ਕੁਝ ਨਹੀਂ ਹੈ ਕਿ ਇਹ ਸਭ ਬਲਾਸ਼ਾ ਨੇ ਇਹਨਾਂ ਵਿੱਚ ਜਮੀਰਾ ਨਹੀਂ ਹੈ ਸਗੋਂ ਮੈਂਬਰਾਂ ਨੇ ਤਾਂ ਲਾਲਚ ਤੇ ਡਰ ਨੂੰ ਪਿੱਛੇ ਛੱਡ ਕੇ ਆਪਣੀ ਪ੍ਰਤੀਬੱਧਤਾ ਸਾਬਤ ਕੀਤੀ ਹੈ ਭਾਵੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੰਜਾਬ ਲਈ ਕੋਈ ਵੱਡੇ ਅਰਥ ਨਹੀਂ ਰੱਖਦੀਆਂ ਪਰ ਇਹ ਦਲ ਬਦਲ ਨੇਤਾਵਾਂ ਲਈ ਇੱਕ ਸਬਕ ਜ਼ਰੂਰ ਹੈ ਤੁਸੀਂ ਲਾਲਸਵੱਚ ਬਗਾਨਿਆਂ ਨਾਲ ਲੜ ਸਕਦੇ ਹੋ ਪਰ ਬਗਾਨਿਆਂ ਦਾ ਹਿੱਸਾ ਨਹੀਂ ਹੋ ਸਕਦੇ ਜਦੋਂ ਬਗਾਨਿਆਂ ਦਾ ਮਤਲਬ ਨਿਕਲ ਜਾਏਗਾ ਤਾਂ ਉਹ ਤੁਹਾਨੂੰ ਵਰਤ ਕੇ ਨੈਪਕਨ ਵਾਂਗ ਸੁੱਟ ਦੇਣਗੇ ਤੇ ਇਹੀ ਗੱਲ ਅਕਾਲ ਤਖਤ ਦੇ ਮਾਨਯੋਗ ਜਥੇਦਾਰ ਸਬਾਨਾ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਉਹਨਾਂ ਦੀ ਤਾਕਤ ਸਰਵੋੱਚ ਹੈ ਪਰ ਤਾਕਤ ਕਦੇ ਇਕੱਲੀ ਨਹੀਂ ਮਿਲਦੀ ਜ਼ਿੰਮੇਵਾਰੀ ਵੀ ਸਦਾ ਨਾਲ ਨਹੀਂ ਮਿਲਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਖੰਡਾਉ ਦੀ ਹਾਲਤ ਵਿੱਚ ਸਿੱਖ ਕੌਮ ਦਾ ਮਾਰਗਦਰਸ਼ਨ ਕਰਨ ਨਾ ਕਿ ਆਪਣਿਆਂ ਦੇ ਹੱਥ ਬੰਨ੍ਹ ਕੇ ਬਗਾਨਿਆਂ ਨੂੰ ਖੇਡਣ ਲਈ ਖੁੱਲਾ ਛੱਡ ਦੇਣ ਹੁਣ ਇਹ ਬੜਾ ਉਹਨਾਂ ਨੇ ਸਟਿੱਕ ਟਿੱਪਣੀ ਕੀਤੀ ਅਕਸਰ ਪਾਲੀ ਭਪਿੰਦਰ ਸਿੰਘ ਹੋਣੀ ਬੜੀ ਬਿਬਾਕ ਤੇ ਸਟਿੱਕ ਟਿੱਪਣੀ ਕਰਦੇ ਨੇ ਕਿ ਹੁਣ ਇਹ ਜਿਹੜੀ ਉਹਨਾਂ ਨੇ ਆਪਣੇ ਸ਼ਬਦਾਂ ਰਹੀਂ ਅੱਜ ਜਿੰਨੇ ਵੀ ਉਹਨਾਂ ਦੇ ਨਾਲ ਲੋਕ ਜੁੜੇ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਕਾਸ਼ ਬੀਬੀ ਜ਼ਗੀਰ ਕੌਰ ਹੋਣਾ ਦਾ ਜਿਹੜਾ ਧੜਾ ਵਾ ਉਹ ਦੂਜੀ ਵਾਰ ਹਾਰ ਗਿਆ ਅੱਜ ਦੀ ਤਰੀਖ 'ਚ ਕੀ ਮੰਨਿਆ ਜਾਵੇ ਸੁਖਬੀਰ ਸਿੰਘ ਬਾਦਲ ਦਾ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਕਿਲਾ ਕਾਇਮ ਹੈਗਾ ਲਾਜ਼ਮੀ ਤੌਰ ਤੇ ਚਾਏ ਉਹਨਾਂ ਨੇ ਕਿਸੇ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਾਲ ਨੁਤਰਲੇ ਕੀਤੇ ਹੋਣ ਹਾੜੇ ਕੀਤੇ ਹੋਣ ਹੱਥ ਪੱਲਾ ਜੋੜਿਆ ਆਊਗਾ ਵਾਸਤਾ ਦਿੱਤਾ ਹੋਊਗਾ ਪ੍ਰਕਾਸ਼ ਸਿੰਘ ਬਾਦਲ ਦਾ ਕੁਝ ਵੀ ਉਹਨੇ ਕੀਤਾ ਹੋਇਆ ਸਿਆਸਤ ਦੇ ਵਿੱਚ ਕਹਿੰਦੇ ਅਕਸਰ ਹੀ ਕਹਿੰਦੇ ਆਗੇ ਨੇ ਸਿਆਣੇ ਕਿ ਜੰਗ ਤੇ ਮੁਹੱਬਤ ਦੇ ਵਿੱਚ ਸਭ ਕੁਝ ਜਾਇਜ਼ ਆ ਜੋ ਸੁਬੀਸ਼ਿੰਘ ਬਾਦਲ ਨੂੰ ਵਾਰਾ ਕੀ ਆਇਆ ਉਹਨੇ ਪੂਰਾ ਕੀਤਾ ਤਾਂ ਆयो ਨੇ ਕਿਸੇ ਮੈਂਬਰ ਕੋਈ ਸੀਨੀਅਰ ਮੈਂਬਰ ਉਹਨਗੇ ਕਹਿੰਿਆ ਨੇ ਹੋ ਸਕਦਾ ਕਿ ਜੇਲਾਂ ਕੱਟੀਆਂ ਹੋਣ ਕਈ ਬਾਦਲ ਸਾਹਿਬ ਦੇ ਬੜੇ ਹਮਦਰਦ ਹੋਣਗੇ ਪਿਆਰ ਕਰਦੇ ਹੋਣਗੇ ਜੋ ਕੁਝ ਨੂੰ ਕਰਨਾ ਪਿਆ ਹੋ ਉਹਨੇ ਕੀਤਾ ਹੋਊਗਾ ਸਿਆਸਤ ਦੇ ਵਿੱਚ ਤੇ ਹੀ ਕੁਝ ਚੱਲਦਾ ਹੈਗਾ ਤੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹਨਾਂ ਦਾ ਪਾਰਟੀ ਤੇ ਪਕੜ ਪਰ ਪਾਰਟੀ ਆਪਣਾ ਆਧਾਰ ਪੰਜਾਬ ਚੋਂ ਖੋ ਚੁੱਕੀ ਆ ਪੰਥਕ ਹਲਕਿਆਂ ਚੋਂ ਖੋ ਚੁੱਕੀ ਆ ਲੋਕਾਂ ਦੀਆਂ ਨਜ਼ਰਾਂ ਚੋਂ ਖੋ ਚੁੱਕੀ ਆ ਲੋਕਾਂ ਦਾ ਵਿਸ਼ਵਾਸ ਖੋ ਚੁੱਕੀ ਆ ਲੋਕਾਂ ਦਾ ਭਰੋਸਾ ਇਸ ਪਾਰਟੀ ਤੋਂ ਟੁੱਟ ਚੁੱਕਾ ਉਹ ਇੱਕ ਵੱਖਰਾ ਇਹ ਜਿਹੜੀ ਚੋਣ ਆ ਇਸ ਮੌਕੇ ਬੜੀ ਜ਼ਰੂਰੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸੁਬੀਸ਼ ਸਿੰਘ ਬਾਦਲ ਹੋਣਾ ਵਾਸਤੇ ਜਿੱਤਨੀ ਉਹਨੇ ਅਗਲੇ ਨੇ ਜਿੱਤਦੇ ਦੇ ਕਿਉਂਕਿ ਲੱਗਦਾ ਸੀ ਕਿ ਕਿੱਤੇ ਸ਼ਰੂਮਨੀ ਕੁਦਾ ਪ੍ਰਬੰਧਕ ਕਮੇਟੀ ਸੁਭੀਤ ਸਿੰਘ ਬਾਦਲ ਦੇ ਹੱਥੋਂ ਨਿਕਲ ਜਾਏਗੀ ਜਿਸ ਤਰ੍ਹਾਂ ਮੂਵਮੈਂਟ ਬਣ ਰਹੀ ਸੀ ਜਿਵੇਂ ਜਥੇਦਾਰਾਂ ਨੂੰ ਅਟੈਕ ਕੀਤਾ ਜਾ ਰਿਹਾ ਸੀ ਜਥੇਦਾਰਾਂ ਦਾ ਇਸਤੇਮਾਲ ਹੋ ਰਿਹਾ ਸੀ ਡਰਾਇਆ ਧਮਕਾਇਆ ਜਾ ਰਿਹਾ ਸੀ ਪ੍ਰਚਾਰਗ ਹੋ ਰਿਹਾ ਸੀ ਜੋਰਾਂ ਦੇ ਔਰ ਜਿਵੇਂ ਫਿਰ ਸ਼ਰੂਮਨੀ ਕਾਲੀ ਦਲ ਕਹਿ ਰਹੇ ਨੇ ਕਿ ਸੈਂਟਰ ਸਰਕਾਰ ਸਟੇਟ ਸਰਕਾਰ ਤੱਕ ਕਹਿੰਦੇ ਨੇ ਇਸਤੇਮਾਲ ਦਖਲ ਦੇ ਰਿਏ ਨੇ ਜਾਂ ਜਿਵੇਂ ਕਾਲੀ ਦਲ ਨੂੰ ਜਾਂ ਪੰਥ ਨੂੰ ਖੋਰਾ ਲੱਗਾ ਜਾ ਪੰਥ ਦਾ ਵਿਰਸਾ ਖਰਾਬ ਹੋਇਆ ਉਹ ਸਾਰੇ ਇਹਨਾਂ ਦੇ ਆਪਣੇ ਹੀ ਬਾਹਰੋਂ ਬਾਹਰੋਂ ਦੇ ਲੋਕੀ ਤਮਾਸ਼ਾ ਉਦੋਂ ਦੇਖਦੇ ਜਦੋਂ ਘਰ ਅੱਗ ਲੱਗੀ ਹੋਵੇ ਜਦ ਤੁਹਾਡੇ ਘਰ 'ਚ ਅੱਗ ਲੱਗੀ ਤੇ ਗਵਾਂਢੀਆਂ ਨੇ ਤਮਾਸ਼ਾ ਦੇਖਣਾ ਤੁਹਾਡੀ ਪਾਰਟੀ ਦੇ ਵਿੱਚ ਹੀ ਇੰਨੀ ਟੁੱਟ ਭੱਜ ਹੋ ਗਈ ਆ ਉਹ ਮੌਜਾਂ ਏਜੰਸੀਆਂ ਨੇ ਵੀ ਮੰਨਣੀਆਂ ਉਹ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੇ ਵੀ ਚਟਕਾਰੇ ਲੈਣੇ ਨੇ ਉਹ ਭਾਜਪਾ ਵੀ ਲਊਗੀ ਉਹ ਕਾਂਗਰਸੀ ਵੀ ਲਊਗੀ ਉਹ ਝਾੜੂ ਵਾਲੇ ਵੀ ਲੈਣਗੇ ਅਜਿਹਾ ਕਿਉਂਕਿ ਤੁਹਾਨੂੰ ਹੀ ਆਪਣੇ ਘਰ ਨਹੀਂ ਸੰਭਾਲਿਆ ਪਰ ਅੱਜ ਦੀ ਚੋਣ ਤੋਂ ਬਾਅਦ ਲੱਗਦਾ ਕਿ ਸੁਭੀਸ਼ ਸਿੰਘ ਬਾਦਲ ਦੀ ਪਕੜ ਆ ਪਰ ਪੰਜਾਬ ਦੇ ਵਿੱਚ ਉਹਦੀ ਕਦੋਂ ਪકડ ਬਣ ਗਈ ਖੁੱਸਿਆ ਹੋਇਆ ਆਧਾਰ ਕਦੋਂ ਵਾਪਸ ਆਊਗਾ ਇਹ ਤੇ 2027 ਦੀਆਂ ਚੋਣਾਂ ਚ ਪਤਾ ਲੱਗੂਆ ਜਿਵੇਂ ਸੁਬੀਰ ਸਿੰਘ ਬਾਦਲ ਨੇ ਰਿਸਕ ਲਿਆ ਕਿ ਜਿਮਨੀ ਚੋਣਾ ਹੀ ਨਹੀਂ ਲੜਦੀਆਂ ਉਵੇਂ ਲੱਗਦਾ ਕਿ ਸ਼ਾਇਦ ਸ਼੍ਰੋਮਣਗੋ ਦਾ ਪ੍ਰਬੰਧਕ ਕਮੇਟੀ ਵੀ ਹੱਥੋਂ ਨਿਕਲ ਜਾਏਗੀ ਪਰ ਹੁਣ ਕਾਲੀ ਦਲ ਦਾ ਜਿਹੜਾ ਵੋਟਰ ਉਹ ਬੁਰੀ ਤਰ੍ਹਾਂ ਫਸਿਆ ਕਿ ਇਹ ਜਿਹੜੀਆਂ ਚਾਰ ਜਿਮਨੀ ਚੋਣਾਂ ਜਿੱਥੇ ਡੇਰਾ ਬਾਬਾ ਨਾਨਕ ਕਾਲੀ ਦਲ ਦਾ ਬਹੁਤ ਵੱਡਾ ਕਾਡਰਾ ਬਹੁਤ ਵੱਡਾ ਵੋਟਪੈਂਕ ਆ ਗਦਰੜ ਬਾਹੇ ਬਹੁਤ ਵੱਡਾ ਬਰਨਾਲੇ ਬਹੁਤ ਵੱਡਾ ਹੈ ਚੱਬੇਬਾਲ ਬਹੁਤ ਵੱਡਾ ਹੈ ਉਹ ਜਿਹੜਾ ਕਾਡਰ ਕਾਲੀ ਦਲ ਦਾ ਜਿੰਨਾ ਵੀ ਹੈ ਉਹ ਕੀ ਭਾਜਪੀ ਨੂੰ ਪਏਗਾ ਜਾਂ ਕਾਂਗਰਸ ਨੂੰ ਪਏਗਾ ਕਿਹਨੂੰ ਪਏਗਾ ਇਹ ਸਭ ਤੋਂ ਵੱਡਾ ਸਵਾਲ ਆ ਹੋ ਸਕਦਾ ਹੈ ਕਿ ਉਥੇ ਮਨਪੀਰ ਸਿੰਘ ਬਾਦਲ ਨੂੰ ਪੈ ਜੇ ਜਾਂ ਹੋ ਸਕਦਾ ਹੈ ਕਿ ਇੱਥੇ ਸੋਨ ਸਿੰਘ ਠੰਡਲ ਨੂੰ ਪੈ ਜੇ ਕਿਉਂਕਿ ਚਾਰ ਜਿਹੜੇ ਉਮੀਦਵਾਰ ਨੇ ਉਹਨੇ ਜਿਹੜੇ ਕਾਲੀ ਦਲ ਦੇ ਪੁਰਾਣੇ ਲੀਡਰ ਨੇ ਚਾਹੇ ਮਨਪ੍ਰੀਤ ਸਿੰਘ ਬਾਦਲ ਚਾਹੇ ਸੋਹ ਸਿੰਘ ਠੰਡੜ ਜਿਹੜਾ ਉਥੋਂ ਲੜ ਰਹੇ ਨੇ ਚੋਣ ਚੱਬੇਵਾਲ ਤੋਂ ਚਾਹੇ ਰਵੀਕਰਨ ਸਿੰਘ ਕਾਲੂ ਇਹ ਆ ਉਥੇ ਹੋ ਸਦਾ ਕਿ ਇਹਨਾਂ ਦੇ ਕਾਡਰ ਨੂੰ ਕੋਈ ਵੱਡਾ ਫਾਇਦਾ ਹੈ ਲੇਕਿਨ ਅਛਰਮ ਨੀਗੁਰ ਦਾ ਪ੍ਰਬੰਧਕ ਕਮੇਟੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਲਾਜ਼ਮੀ ਤੌਰ ਤੇ ਸਬੀਰ ਨੇ ਬੰਦ ਕਮਰੇ ਦੇ ਵਿੱਚ ਰਹਿ ਕੇ ਜਿਹੜੀ ਉਹਨੇ ਰਣਨੀਤੀ ਬਣਾਈ ਜਾਂ ਸਟਰੈਟਜੀ ਬਣਾਈ ਸੀ ਉਦਾਂ ਨੇ ਭਰਪੂਰ ਫਾਇਦਾ ਚੱਕਿਆ ਗਿਆ ਔਰ ਬੀਬੀ ਜ਼ਗੀਰ ਕੌਰ ਦਾ ਧੜਾ ਚਾਹੇ ਗੁਰਪ੍ਰਤਾਪ ਸਿੰਘ ਦਾ ਧੜਾ ਉਹ ਹੱਥ ਮਲਦਾ ਹੀ ਰਹਿ ਗਿਆ ਫਿਰ ਲਾਸ਼ਾਂ ਕਿਹੜੇ ਕਹਿ ਲੋ ਤੁਸੀਂ ਉਹ ਲਾਸ਼ਾਂ ਹੋ ਗਈਆਂ ਤੁਸੀਂ ਤੁਰਦਿਆਂ ਫਿਰਦਿਆਂ ਲਾਸ਼ਾਂ ਹੋ ਗਈਆਂ ਕਿਉਂਕਿ ਜ਼ਮੀਰ ਸਾਰਿਆਂ ਨੇ ਵੇਚੇ ਹੋਏ ਨੇ ਜਿਹੜੇ ਪਹਿਲਾਂ ਬਾਦਲ ਸਾਹਿਬ ਦੇ ਗੁਣ ਗਾਉਂਦੇ ਰਹੇ ਸੀ ਉਹ ਅੱਜ ਸੁਭੀਰ ਸਿੰਘ ਬਾਦਲ ਨੂੰ ਬੁਰਾ ਭਲਾ ਕਹਿ ਰਹੇ ਨੇ ਮਤਲਬ ਮਲਾਈਆਂ ਖਾ ਕੇ ਨਿੰਦਣਾ ਵੀ ਮਾੜੀ ਗੱਲ ਉਹ ਸਿਆਣੇ ਕਹਿੰਦੇ ਕਿ ਜਿਹੜੀ ਥਾਲੀ 'ਚ ਤੁਸੀਂ ਖਾਂਦੇ ਉਹਦੇ 'ਚ ਛੇਕ ਨਹੀਂ ਕਰਨਾ ਚਾਹੀਦਾ ਤੇ ਬਹੁਤ ਸਾਰੇ ਅਕਾਲੀ ਦਲ ਦੇ ਜਿਹੇ ਲੀਡਰ ਨੇ ਜਿਨ੍ਹਾਂ ਨੇ ਕਾਲੀ ਦਲ ਦੀ ਥਾਲੀ 'ਚ ਛੇਕ ਕੀਤਾਗਾ ਉਹਨਾਂ ਇੱਧਰ ਦੇ ਨੇ ਨਾ ਉਧਰ ਦੇ ਨੇ ਨਾਲ ਹੀ ਅਗਲੇ ਮਸਲੇ ਤੇ ਗੱਲ ਕਰੀਏ ਉਹ ਗੱਲ ਕਰਨੀ ਵੀ ਜ਼ਰੂਰ ਬੰਦੀ ਹੈ ਦਿਲਜੀਤ ਜਿਹੜਾ ਪੂਰੀ ਦੁਨੀਆ ਤੇ ਛਾਇਆ ਹੋਇਆ ਹੈ ਉਹਦਾ ਹੁਣ ਇੰਡੀਆ ਦੇ ਵਿੱਚ ਜਿਹੜਾ ਟੂਰ ਸ਼ੁਰੂ ਹੋਇਆ ਉਹ ਪਹਿਲਾ ਜਿਹੜਾ ਟੂਰ ਸੀਗਾ ਉਹ ਸੀਗਾ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜਦੋਂ ਆਪਣੇ ਉਹ ਸਟੇਜ ਦੇ ਤੇ ਆ ਕੇ ਐਂਟਰੀ ਕਰਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਤਿਰੰਗਾ ਹੁੰਦਾ ਲੋਕ ਤਾੜੀਆਂ ਮਾਰਦੇ ਨੇ ਲੋਕ ਰੋਲਾ ਪਾਉਂਦੇ ਲੋਕ ਖੁਸ਼ ਬਹੁਤ ਹੁੰਦੇ ਨੇ ਪਰ ਜਵਾਬ ਕਿੰਨੂੰ ਮਿਲਦਾ ਹੈਗਾ ਜਿਹੜੇ ਸਿੱਖ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਖਿਲਾਫ ਕਿ ਜਿਹੜੇ ਦਿਲਜੀਤ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਜਵਾਬ ਮਿਲਿਆ ਹੈਗਾ ਜਿੱਥੇ ਤੱਕ ਕਿ ਇੱਕ ਚਰਚਾ ਪੰਜਾਬ ਦੇ ਵਿੱਚ ਕਿ ਦਲ ਦਲਜੀਤ ਦਸਾਂਜ ਨੇ ਪੱਗ ਦੀ ਜਾਂ ਪੰਜਾਬੀਆਂ ਦੀ ਇੱਜ਼ਤ ਵਰਲਡ ਵਾਈਡ ਪੱਲ ਬਣਾ ਦਿੱਤੀ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਪਹਿਲਾਂ ਵੀ ਪੰਜਾਬੀਆਂ ਦੀ ਬਹੁਤ ਵੱਡੀ ਇੱਜ਼ਤ ਸੀ ਪੰਜਾਬੀ ਸਾਡੇ ਜ਼ਰੂਰ ਨਹੀਂ ਹੈ ਕਿ ਗੀਤ ਸੰਗੀਤ ਦੇ ਨਾਲ ਪੰਜਾਬੀਆਂ ਦੀ ਇੱਜ਼ਤ ਬਣੀ ਹੈਗੀ ਹੈ ਨਾ ਇਹ ਇੱਕ ਮਾਰਕੀਟਿੰਗ ਦਾ ਫੰਡਾ ਵਾ ਉਹ ਦਲਜੀਤ ਦਸਾਂਜ ਦੀ ਟੀਮ ਜਾਂ ਉਹਦੇ ਸਮਰਥਕਾਂ ਵੱਲੋਂ ਕੀਤਾ ਜਾ ਰਿਹਾ ਸਾਡੀਆਂ ਜਦੋਂ 42 ਦੇ ਵਿੱਚ 46 ਦੇ ਵਿੱਚ ਉਸ ਤੋਂ ਪਹਿਲਾਂ ਵੀ ਜਿੰਨੇ ਵੀ ਓਲੰਪਿਕ ਖੇਡਾਂ ਆ ਸਾਡੀਆਂ ਹਾਕੀ ਦੀਆਂ ਟੀਮਾਂ ਜਦੋਂ ਭਾਰਤ ਵੱਲੋਂ ਖੇਡਦੇ ਨੌ ਨੌ ਖਿਡਾਰੀਆਂ ਦੇ ਸਿਰ ਤੇ ਜੂੜੇ ਹੁੰਦੇ ਸੀ ਜਰਮਨੀ ਹਿਟਲਰ ਵਰਗੇ ਮੁਲਕਾਂ ਨੂੰ ਹਰਾ ਕੇ ਅਸੀਂ ਕਈ ਸਾਲ ਕਈ ਓਲੰਪਿਕ ਜਿਹੜੇ 골ਡ ਮੈਡਲ ਜਿੱਤੇ ਆਗੇ ਨੇ ਪਹਿਲਾਂ ਵੀ ਜ਼ਰੂਰੀ ਨਹੀਂ ਹੈ ਕਿ ਗੀਤ ਸੰਗੀਤ ਦੀਏ ਵਿੱਚ ਹੀ ਦਲਜੀਤ ਦਸਾਂਝ ਹੁਣ ਨਿ ਪੱਗ ਜਾਂ ਪੰਜਾਬੀ ਮਸ਼ਹੂਰ ਕਰਤੇ ਪਹਿਲਾਂ ਵੀ ਠੀਕ ਹੈ ਕਿਉਂਕਿ ਹੁਣ ਮਾਰਕੀਟਿੰਗ ਫੰਡ ਆ ਗਿਆ ਕਿਉਂਕਿ ਟੀਮਾਂ ਨੇ ਮਾਰਕੀਟਿੰਗ ਫੰਡ ਆ ਸੋਸ਼ਲ ਮੀਡੀਆ ਜ਼ਮਾਨਾ ਹੈਗਾ ਪੱਗ ਤੇ ਦਲੇਰ ਮਹਿੰਦੀ ਹੋਣਾ ਨੇ ਵੀ ਬੜੀ ਹਿੱਟ ਕਰਦੀ ਸੀ ਮਲਕੀਰਤ ਜਿਹੜੇ ਸਾਡੇ 골ਡਨ ਸਟਾਰ ਆ ਉਹਨਾਂ ਨੇ ਵੀ ਵਰਲਡ ਵਾਈਡ ਉਹਨਾਂ ਨੇ ਵੀ ਪੱਗ ਦੀ ਦਾਗ ਨਹੀਂ ਲੱਗਣ ਦਿੱਤੇ ਫਿਰ ਸਾਡੇ ਕੋ ਜਸਪਾਲ ਭੱਟੀ ਸਾਹਿਬ ਸੀ ਕਿਉਂਕਿ ਹੁਣ ਸੋਸ਼ਲ ਮੀਡੀਆ ਜਮਾਨਾ ਗਿਆ ਹੁਣ ਸਪੈਸ਼ਲ ਇੱਕ ਮਾਰਕੀਟਿੰਗ ਟੀਮ ਨਾਲ ਰੱਖੀ ਜਾਂਦੀ ਹੈ ਕਿ ਬੱਚਿਆਂ ਨੂੰ ਜਫੀਆਂ ਪਾਲੀਆਂ ਅੱਜਕੱਲ ਮਾਮਾ ਵੀ ਕਹਿੰਦੀਆਂ ਕਿ ਸਾਡਾ ਪੁੱਤ ਜੰਮਦਾ ਹੀ ਦਲਜੀਤ ਬਾਂਜੇ ਪਰ ਦਲਜੀਤ ਨੇ ਜਿਹੜੇ 22 ਸਾਲ ਲਾਏ ਉਹਨੂੰ ਤਾਂ ਕੋਈ ਪੁੱਛਦਾ ਨਹੀਂ ਕਿ 22 ਸਾਲ ਤੋਂ ਬਾਅਦ ਹੋਏ ਸੁਪਰ ਡੁੱਪਰ ਹਿੱਟ ਹੋਇਆ ਸਾਡੀ ਪੱਗ ਤੇ ਉਹਨੇ ਸਿੱਧੂ ਮੂਸੇਵਾਲੇ ਨੇ ਵੀ ਹਿੱਟ ਕਰਤੀ ਸੀ ਕਿ ਉਹਦੀ ਮਾਰਨ ਤੋਂ ਬਾਅਦ ਕਾਲੇ ਕੀ ਗੋਰੇ ਕੀ ਪੀਲੇ ਕੀ ਨੀਲੇ ਸਾਰੇ ਰੋਂਦੇ ਸੀ ਉਹਦੀ ਪੱਗ ਪੂਰੀ ਹੈ ਪਰ ਹੁਣ ਕਿਉਂਕਿ ਮਾਰਕੀਟਿੰਗ ਜਮਾਨਾ ਹੈਗਾ ਉਹ ਕਦੀ ਕਿਸੇ ਬੱਚੇ ਨੂੰ ਐਨਕਲਾ ਦੇ ਦੇਣੀਆ ਬੂਟ ਦੇ ਦੇਨੇ ਜੈਕਟ ਦੇ ਦੇਣੀ ਇਹ ਸਾਰੇ ਮਾਰਕੀਟਿੰਗ ਫੰਡਾ ਪਰ ਮੈਨੂੰ ਇਹ ਲੱਗਾ ਕਿ ਦਲਜੀਤ ਨੂੰ ਦਿੱਲੀ ਆ ਕੇ ਆਪਣੀ ਛਾਤੀ ਦੇ ਨਾਲ ਆਪਣੀ ਪਿੱਠ ਤੇ ਆਪਣੇ ਸਿਰ ਤੇ ਤਿਰੰਗਾ ਰੱਖਣ ਦੀ ਲੋੜ ਨਹੀਂ ਆ ਸਾਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਵਾਰ-ਵਾਰ ਸਾਨੂੰ ਸਰਟੀਫੀਕੇਟ ਦੇਣ ਦੀ ਲੋੜ ਨਹੀਂ ਹੈਗੀ ਇਹ ਦਲਜੀਤ ਦਾ ਮਾਰਕੀਟਿੰਗ ਫੰਡਾ ਕਿ ਮੈਂ ਦਿੱਲੀ ਆਇਆ ਵਾਂ ਵੀ ਤੂੰ ਦਿੱਲੀ ਹੈ ਇੰਡੀਆ ਵਾ ਤੂੰ ਹੈ ਹੀ ਭਾਰਤ ਦਾ ਤੇਰੇ ਕੋ ਪਾਸਪੋਰਟ ਭਾਰਤਾਂ ਦੇ ਅੰਦਰ ਕੋ ਵੋਟਰ ਕਾਰਡ ਭਾਰਤਾਂ ਦੇ ਅੰਦਰ ਆਧਾਰ ਕਾਰਡ ਭਾਰਤਾਂ ਦੇ ਤੇਰੇ ਕੋ ਸਰਟੀਫਿਕੇਟਾਂ ਦੇ ਜੇ ਯੂਨੀਵਰਸਿਟੀ ਲਿਖਿਆ ਹੋ ਤੇ ਪੰਜਾਬ ਲਿਖਿਆ ਹੋਊਗਾ ਡਰਾਈਵਿੰਗ ਲਾਇਸੈਂਸ ਭਾਰਤ ਸਰਕਾਰ ਦਾ ਜਿੰਨੇ ਵੀ ਡਾਕੂਮੈਂਟ ਭਾਰਤ ਸਰਕਾਰ ਦੇਣਗੇ ਤੇ ਜੇ ਅਸੀਂ ਸਾਡੇ ਸਿੰਗਰ ਮਾਰਕੀਟਿੰਗ ਫੰਡਾਂ ਦੇ ਚੱਕਰ ਦੇ ਵਿੱਚ ਕਿ ਅਸੀਂ ਇੰਡੀਅਨ ਆ ਮੈਂ ਬੜਾ ਪਿਆਰ ਕਰਦਾ ਦੇਸ਼ ਨੂੰ ਮੈਂ ਬੜਾ ਦੇਸ਼ ਦੇ ਤਿਰੰਗੇ ਨੂੰ ਪਿਆਰ ਕਰਦਾ ਯਾਰ ਤੁਸੀਂ ਸਿਰ ਤੇ ਲੈ ਕੇ ਮਾਰਕੀਟਿੰਗ ਫੰਡਾ ਕਰ ਲਿਆ ਸਾਡੇ ਤੇ ਰੋਜ਼ ਪੰਜਾਬ ਦੇ ਮੁੰਡੇ ਇਸੇ ਤਿਰੰਗੇ ਦੇ ਵਿੱਚ ਲਪੇਟ ਕੇ ਆਉਂਦੇ ਨੇ ਦੁਸ਼ਮਣ ਦੀਆਂ ਗੋਲੀਆਂ ਦੇ ਨਾਲ ਸਰੀਰ ਵਿੰਨੇ ਹੁੰਦੇ ਨੇ ਉਹ ਉਹ ਸ਼ਹੀਦ ਹੁੰਦੇ ਨੇ ਮਤਲਬ ਕੋਈ ਜ਼ਰੂਰੀ ਨਹੀਂ ਸੀਗਾ ਮੈਨੂੰ ਇਹ ਮੈਨੂੰ ਇਹ ਪਖੰਡ ਲੱਗਾ ਮੈਨੂੰ ਇਹਦਾ ਦਲਜੀਤ ਦਾ ਸ਼ੋਸ਼ਾ ਲੱਗਾ ਡਰਾਮਾ ਲੱਗਾਗਾ ਵੀ ਤੁਸੀਂ ਜ਼ਰੂਰੀ ਨਹੀਂ ਹੈ ਕਿ ਆਪਣੇ ਸਿਰ ਤੇ ਤਿਰੰਗੇ ਵਾਲੀ ਪੱਗ ਜਾਂ ਤਿਰੰਗਾ ਬੰਨ ਕੇ ਲੈ ਜਾਓ ਕਿ ਮੈਂ ਬੜਾ ਇੰਡੀਅਨ ਆਈ ਲਵ ਇੰਡੀਅਨ ਇੰਡੀਆ ਇੱਥੇ ਵੱਸਦਾ ਦਿਲ 'ਚ ਵੱਸਦਾ ਇੰਡੀਆ ਰੂਹ 'ਚ ਵੱਸਦਾ ਹੋਣਾ ਚਾਹੀਦਾ ਹੈਗਾ ਕੱਪੜਿਆਂ ਦੇ ਵਿੱਚ ਟੈਟੂ ਲਖਵਾਉਣ ਦੇ ਨਾਲ ਮੋਢਿਆਂ ਤੇ ਹਲਰ ਹੋਣ ਦੇ ਨਾਲ ਇੰਡੀਆ ਨਹੀਂ ਵੱਸਦਾ ਦਿਲ ਇੱਥੋਂ ਵੱਸ ਇਹ ਆ ਜਿਹੜਾ ਦਿਲ ਹੈ ਨਾ ਦਿਲ 'ਚੋਂ ਤੁਹਾਡੇ ਨਿਕਲਦੀ ਹੁੰਦੀ ਹੈ ਇਹ ਨਹੀਂ ਹੁੰਦਾ ਕਿ ਮੈਂ ਕੱਪੜੇ ਪਾਲੇ ਨੇ ਤੇ ਮੈਂ ਕਹੇ ਤਾ ਭਾਰਤ ਮਾ ਜਿੰਦਾਬਾਦ ਭਾਰਤ ਜਿੰਦਾਬਾਦ ਜਦ ਤੱਕ ਇੱਥੋਂ ਨਹੀਂ ਨਿਕਲਦਾ ਜ ਇਹ ਇਹ ਮੇਰੇ ਨਾਲ ਦੇ ਸਾਰੇ ਮਾਰਕੀਟਿੰਗ ਫੰਡੇ ਨੇ ਰਹੀ ਗੱਲ ਠੀਕ ਹੈ ਦਲਜੀਤ ਦੀ ਬਾਲੀਵੁੱਡ ਦੇ ਵਿੱਚ ਨਹੀਂ ਬੰਦੀ ਜਿਸ ਬੀਬੀ ਦੇ ਨਾਲ ਨਹੀਂ ਬੰਦੀ ਉਹ ਉਹਦੀ ਸਾਰੀ ਉਮਰ ਨਹੀਂ ਪੰਜਾਬ ਦੇ ਨਾਲ ਨਹੀਂ ਬੰਨੀ ਹੈਗੀ ਪਰ ਮੈਨੂੰ ਲੱਗਦਾ ਕਿ ਦਲਜੀਤ ਨੂੰ ਇਹ ਕਰਨ ਦੀ ਜ਼ਰੂਰਤ ਨਹੀਂ ਹੈ ਇਹਦਾ ਮਤਲਬ ਹੈ 19 ਜਿੰਨੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਖਾਸ ਕਰਕੇ ਫਾਂਸੀ ਦੇ ਰਸੇ ਚੁੰਮੇ ਹੈਗੇ ਨੇ ਤੇ ਸਾਨੂੰ ਹਜੇ ਵੀ ਦੱਸਣਾ ਪਊਗਾ ਕਾਲੇ ਪਾਣੀ ਦੀਆਂ ਸੱਜਵਾਵਾਂ ਅਸੀਂ ਕੱਟੀਆਂ ਨੇ ਅਸੀਂ ਜਾ ਕੇ ਲੰਡਨ ਦੇ ਵਿੱਚ ਜਾ ਕੇ ਬਦਲਾ ਲਿਆ ਠੀਕ ਹੈ ਅਹੀਂ ਜਿੰਨੇ ਵੀ ਸਾਡੇ ਸਾਡੇ ਤੇ ਅਟੈਕ ਕੀਤੇ ਅਸੀਂ ਉਹਨੂੰ ਸਬਕ ਸਿਖਾਇਆ ਹੈਗਾ ਇਹ ਇਹ ਜਿਹੜੇ ਉਹ ਲੋਕ ਨੇ ਉਹ ਤਰੰਗਾ ਲੈ ਕੇ ਘੁੰਮਦੇ ਰਏਗੇ ਨੇ ਤੇ ਦਲਜੀਤ ਨੂੰ ਕਦੋਂ ਲੋਕਾਂ ਨੇ ਕਹਿ ਸਕਦੇ ਤੂੰ ਭਈ ਇੰਡੀਅਨ ਨਹੀਂ ਆਇਆ ਨਾ ਇਹ ਸਾਰੇ ਦਲਜੀਤ ਦੇ ਦਸਾਂਜ ਉਹਨਾਂ ਦੇ ਸ਼ੋਸ਼ੇ ਨੇ ਮਾਰਕੀਟਿੰਗ ਫੰਡੇ ਨੇ ਦਲਜੀਤ ਐਸ ਟਾਈਮ ਕਿਉਂਕਿ ਉਹ ਟੌਪ ਤੇ ਚੱਲ ਰਿਹਾ ਹੈਗਾ ਉਹ ਕਹਿੰਦਾ ਕਿ ਜਿੰਨੀ ਆਪਣੇ ਆਪ ਨੂੰ ਵੇਚ ਰਿਹਾ ਹੈਗਾ ਪੀ ਜਿੰਨਾ ਮੈਂ ਵੇਚਾਂ ਆਪਣੇ ਆਪ ਨੂੰ ਵਧੀਆ ਮੇਰਾ ਬੜਾਪਾ ਚੰਗਾ ਲੱਗੂ ਨੰਗੂਗਾ ਕਿਉਂਕਿ ਸਿਆਣੇ ਕਹਿੰਦੇ ਕਿ ਜਿਹੜੇ ਸਿੰਗਰ ਹੁੰਦੇ ਨੇ ਜਾਂ ਪੱਤਰਕਾਰ ਹੁੰਦੇ ਨੇ ਜਾਂ ਕਲਾਕਾਰ ਹੁੰਦੇ ਨੇ ਜਾਂ ਪਲਵਾਨ ਹੁੰਦੇ ਨੇ ਇਹਨਾਂ ਦਾ ਬੜਾਪਾ ਬੜਾ ਮਾੜਾ ਨਿਕਲਦਾ ਹੈ ਕਿਉਂਕਿ ਬਾਅਦ ਚ ਇਹਨਾਂ ਦੇ ਪੱਲੇ ਕੁਛ ਨਹੀਂ ਰਹਿੰਦਾਗਾ ਦਲਜੀਤ ਉਸ ਪੱਖੋਂ ਇਨਵੈਸਟ ਕਰ ਰਿਹਾਗਾ ਠੀਕ ਹੈ ਹੁਣ ਉਹਨੇ ਆਪਣੇ ਮਾਪਿਓ ਵੀ ਦਿਖਾਉਣੇ ਸ਼ੁਰੂ ਕਰ ਦਿੱਤੇ ਕਿ ਨੇ ਹਰ ਸ਼ਹਿਰ ਨੂੰ ਲੈ ਕੇ ਹਰ ਮੁਲਕ ਨੂੰ ਲੈ ਕੇ ਉਹ ਇੱਕ ਗੱਲ ਕਰਦਾ ਹੈਗਾ ਪਿਛਲੇ ਉਹਨੇ ਕਿਹੜੇ ਕੰਟਰੀ ਦੇ ਵਿੱਚ ਉਹ ਆਪਣੇ ਆਪਣੀ ਮਾਤਾ ਸ਼ਿਰ ਵੀ ਦਿਖਾ ਦੇ ਭੈਣ ਵੀ ਦਿਖਾ ਦੇ ਹੁਣ ਦਿੱਲੀ ਦੇ ਵਿੱਚ ਉਹ ਆਪਣੇ ਬਾਪੂ ਨੂੰ ਵੀ ਦਿਖਾਤਾ ਔਰ ਬਾਪੂ ਦਾ ਗਾਣਾ ਵੀ ਸੁਣਾਤਾ ਜਿਹੜਾ ਬਾਪੂ ਨੂੰ ਕੁਲਦੀਪ ਮਾਨਕ ਸਾਹਿਬ ਦਾ ਗਾਣਾ ਬੜਾ ਹੇਟਲ ਸੋਹਣਾ ਲੱਗਦਾ ਇਹ ਸਾਰੇ ਅੱਜ ਕੱਲ ਮਾਰਕੀਟਿੰਗ ਫੰਡੇ ਹੈਗੇ ਨੇ ਕਿ ਉੱਥੇ ਪਾਕਿਸਤਾਨ ਦੀ ਸਿੰਗਰ ਆ ਗਈ ਉਹਨੂੰ ਜੱਫੀ ਪਾਲੀ ਇੱਕ ਆਪਣੇ ਬਾਲੀਵੁੱਡ ਦਾ ਬੜਾ ਵੱਡਾ ਉਹ ਐਕਟਰ ਵਾ ਉਹਦੇ ਪੈਰੀ ਹੱਥ ਲਾਤੇ ਇਹ ਸਾਰੀਆਂ ਚੀਜ਼ਾਂ ਅੱਜ ਕੱਲ ਇਹ ਸੈਲੀਬ੍ਰਿਟੀ ਮਾਰਕੀਟਿੰਗ ਫੰਡਾ ਜਿਵੇਂ ਉਹ ਬਾਲੀਵੁੱਡ ਵਾਲੇ ਕਰਦੇ ਨੇ 에어ਪੋਰਟ ਤੇ ਫੋਟੋਆਂ ਖਿਚੋਣੀਆਂ ਜਿਮਗ ਕੱਲ ਲੱਗਿਆ ਫੋਟੋਆਂ ਖਿਚੋਣੀਆਂ ਮਰਗਤੇ ਜਾਂਦੇ ਉਥੇ ਫੋਟੋਆਂ ਖਿਚੋਣੀਆਂ ਇਹ ਪੂਰੀ ਪੀਆਰ ਟੀਮ ਹੈ ਇਹ ਪੀਆਰ ਟੀਮ ਦਾ ਇੱਕ ਐਕਸਰਸਾਈਜ਼ਰ ਦਲਜੀਤ ਦੀ ਮੈਨੂੰ ਇਹ ਲੱਗਦਾ ਹਮੇਸ਼ਾ ਕਹਿੰਦਾ ਕਿ ਸਾਨੂੰ ਪੰਜਾਬੀਆਂ ਨੂੰ ਔਰ ਪੰਜਾਬੀਆਂ ਚੋਂ ਵੀ ਮੋਸਟਲੀ ਸਿੱਖਾਂ ਨੂੰ ਸਿੱਖ ਕੌਮ ਜਿਹੜੀ ਸਭ ਤੋਂ ਵੱਡੀ ਸੈਕੂਲਰ ਹੈ ਸਭ ਤੋਂ ਵੱਡੀ ਰਾਸ਼ਟਰਵਾਦੀ ਹੈ ਉਹਨੂੰ ਤਿਰੰਗਾ ਫੜਨ ਦੀ ਲੋੜ ਨਹੀਂ ਆ ਉਹਨੂੰ ਆਪਣੀ ਛਾਤੀ ਤੇ ਫੜਨ ਦੀ ਲੋੜ ਨਹੀਂ ਆ ਜਿਹੜੀ ਕੌਮ ਨੇ ਹੱਸ-ਹੱਸ ਕੇ ਫਾਂਸੀ ਦੇ ਰਸੇ ਚੁੰਮੇ ਹੋਣ ਕਾਲੇ ਪਾਣੀ ਦੀਆਂ ਸਜਾਵਾਂ ਕਟੀਆਂ ਹੋਣ ਦੇਸ਼ ਆਜ਼ਾਦ ਕਰਵਾਇਆ ਹੋਵੇ ਸੀਨੇ ਤੇ ਗੋਲੀਆਂ ਖਾਧੀਆਂ ਹਨ ਕਦੀ ਸਿੱਖ ਨੇ ਪਿੱਠ ਤੇ ਗੋਲੀ ਨਹੀਂ ਖਾਧੀ ਹੈਗੀ ਜਿਹਨੇ ਸਿੱਖ ਛਾਤੀ ਤੇ ਗੋਲੀਆਂ ਖਾਧੀਆਂ ਹਨ ਹਿੱਕ ਤੇ ਗੋਲੀਆਂ ਖਾਧੀਆਂ ਹਨ ਉਹਨਾਂ ਨੂੰ ਝੰਡੇ ਦੇਸ਼ ਦਾ ਤਿਰੰਗਾ ਬੁਲੇਟਨ ਦੀ ਲੋੜ ਨਹੀਂ ਆ ਸਾਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਆ ਕਿ ਅਸੀਂ ਇੰਡੀਅਨ ਆ ਜਾਂ ਸਾਨੂੰ ਦੇਸ਼ ਦਾ ਤਿਰੰਗਾ ਬੜਾ ਪਿਆਰਾ ਇਹ 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 ਸਿਜ ਦਿਖਾਵੇ ਵਾਲੀਆਂ ਹੁੰਦੀਆਂ ਨੇ ਜਿਵੇਂ ਅੱਜ ਕੱਲ ਬੀਜੇਪੀ ਵਾਲੇ ਕਹਿੰਦੇ ਕਿ ਸਾਡੇ ਤੋਂ ਵੱਡਾ ਰਾਸ਼ਟਰਵਾਦੀ ਨਹੀਂ ਹੈਗਾ ਆਮ ਆਦੀ ਪਾਰਟੀ ਵਾਲੇ ਕਹਿੰਦੇ ਕਿ ਸਾਡੇ ਤੋਂ ਵੱਡਾ ਇਮਾਨਦਾਰ ਨਹੀਂ ਆ ਇਹ ਦਿਖਾਵੇ ਵਾਲੇ ਚੀਜ਼ਾਂ ਸਿਰਫ ਤੇ ਸਿਰਫ ਸ਼ੋਸ਼ਾ ਡਰਾਮਾ ਦੇਸ਼ ਪ੍ਰਤੀ ਭਾਵਨਾਵਾਂ ਤਿਆਗ ਹਮਦਰਦੀ ਕਮਿਟਮੈਂਟ ਉਹ ਇੱਥੇ ਹੁੰਦੀ ਆ ਉਹ 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 ਤੁਸੀਂ ਦਿਖਾਵੇ ਦਾ ਨਹੀਂ ਕਰ ਸਕਦੇ ਉਹ ਮੁੱਲ ਖਰੀਦੀ ਨਹੀਂ ਜਾ ਸਕਦੀ ਤੇ ਦਿਖਾਵਾ ਨਹੀਂ ਕੀਤਾ ਜਾਦਾ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾਗਾ ਠੀਕ ਹੈ ਤੁਹਾਡਾ ਇੱਕ ਆਪਣਾ ਲੈਵਲ ਬਣ ਚੁੱਕਾ ਬਹੁਤ ਵੱਡਾ ਲੈਵਲ ਬਣ ਚੁੱਕਾਗਾ ਚੰਗੀ ਗੱਲ ਆ ਤੁਸੀਂ ਉਹਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਆ ਤੁਸੀਂ ਜ਼ਰੂਰ ਕਹਿੰਦੇ ਕਿ ਆਗੇ ਉਹ ਪੰਜਾਬੀ ਹੈ ਨਾ ਉਹ ਚੀਜ਼ਾਂ ਠੀਕ ਹੈ ਇੱਕ ਟੋਟਕੇ ਨੇ ਜਿਹੜੇ ਲੋਕਾਂ ਨੂੰ ਪਸੰਦ ਆਉਂਦੇ ਆਗੇ ਨੇ ਪਰ ਆ ਜਿਹੜੀਆਂ ਚੀਜ਼ਾਂ ਜਿਹੜੀਆਂ ਨਾ ਠੀਕ ਹੈ ਤੁਹਾਡਾ ਮਾਰਕੀਟਿੰਗ ਇਸ ਟਾਈਮ ਤੁਹਾਡੇ 스타 ਚੱਲ ਰਹੇ ਹੈਗੇ ਨੇ ਕਿ ਇਸ ਵੇਲੇ 스타 ਇਹੋ ਹੀ ਸਿੱਧੂ ਮੂਸੇਵਾਲਾ ਸਾਹਿਬ ਦੇ ਸੀ ਕਿਉਂਕਿ ਜਦੋਂ ਸਿੱਧੂ ਮੂਸੇਵਾਲਾ ਸਾਹਿਬ ਜਿੰਦੇ ਹੀ ਉਦੋਂ ਪੰਜਾਬ ਦੇ ਸਾਰੇ ਲੋਕਾਂ ਜਿਹੜੇ ਗਾਇਕ ਕੀ ਗਾਇਕ ਨੇ ਉਹਨਾਂ ਦੀ ਗਾਇਕੀ ਬੰਦ ਹੋ ਗਈ ਸੀ ਮੈਨੂੰ ਇਹ ਤਾਂ ਮੈਂ ਦੇ ਵੀ ਮਹਿਸੂਸ ਕਰਦਾ ਕਿ ਕਾਸ਼ ਅਗਰ ਸਿੱਧੂ ਮੂਸੇਵਾਲਾ ਸਾਹਿਬ ਜਿੰਦੇ ਹੁੰਦੇ ਤੇ ਸ਼ਾਇਦ ਦਲਜੀਤ ਦਾ ਜਿਹੜਾ ਵਰਲਡ ਟੂਰ ਨਾ ਲੱਗਦਾ ਜਾਂ ਕੀ ਕਹਿੰਦੇ ਉਹ ਆਪਣੇ ਟੂਰ ਦਾ ਨਾਮ ਕੀ ਦਿੱਤਾ ਹੈਗਾ ਹੈ ਲਿਮੁਨਾਟੀ ਅ ਲਿਮੁਨਾਟੀ ਦਾ ਦਿਲ ਦਿਲ ਨਹੀਂ ਲਿਮੁਨ ਦਿਲ ਨਾਟ ਦਿਲ ਲਿਮੁਨਾਟੀ ਜੋ ਵੀ ਹੈਗਾ ਕਿਉਂਕਿ ਲਿਮੁਨਾਟੀ ਤੋਂ ਬੜਾ ਇੱਕ ਕੰਟਰੋਵਰਸ਼ੀਅਲ ਜਿਹਾ ਹੈਗਾ ਉਹਦਾ ਜਵਾਬ ਦਿੱਤਾ ਕਿ ਤੂੰ ਐਦਾਂ ਕਰਦਾ ਪਤਾ ਨਹੀਂ ਕੀ ਕੁਝ ਕਰਦਾ ਹੈਗਾ ਨਾ ਉਹਨੇ ਆਪਣੇ ਨਾਂ 'ਚ ਰੱਖ ਲਿਆ ਹੈ ਨਾ ਉਹ ਸ਼ਾਇਦ ਨਾਂ ਲੱਗਦੇ ਹੈਗੇ ਹੈ ਨਾ ਇਹ ਇੱਕ ਹਰ ਇੱਕ ਬੰਦੇ ਉਹਦੇ ਇਸ ਟਾਈਮ ਸਟਾਰ ਚੰਗੇ ਪਰ ਮੈਨੂੰ ਇਹ ਲੱਗਦਾ ਕਿ ਦਲਜੀਤ ਨੂੰ ਦੇਸ਼ ਦਾ ਧਰੰਗਾ ਉਹਨੇ ਲੈ ਲਿਆ ਤੈਨੂੰ ਦੱਸਣ ਦੀ ਵੀ ਲੋੜ ਨਹੀਂ ਸੀ ਕਿ ਤੂੰ ਦੇਸ਼ ਨੂੰ ਕਿੰਨਾ ਪਿਆਰ ਕਰਦਾ ਦੇਸ਼ ਦੀ ਜਵਾਨੀ ਨੂੰ ਕਿੰਨਾ ਪਿਆਰ ਕਰਦਾ ਦੇਸ਼ ਦੀ ਕਿਸਾਨੀ ਨੂੰ ਕਿੰਨਾ ਪਿਆਰ ਕਰਦਾ ਦੇਸ਼ ਨੂੰ ਕਿੰਨਾ ਪਿਆਰ ਕਰਦਾ ਕਿਉਂਕਿ ਤੇਰੇ ਦਿਲ ਦੇ ਵਿੱਚ ਆ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦੇਸ਼ ਵਸੇ ਹੋਣ ਕੌਮਾਂ ਵਸੀਆਂ ਹੋਣ ਕਿੱਤੇ ਵਸੇ ਹੋਣਾ ਉਹਨਾਂ ਨੂੰ ਦਿਖਾਵਾ ਨਹੀਂ ਕਰ ਲੱਗਦਾਗਾ ਤੁਸੀਂ ਦੇਖੋ ਕਿ ਬਾਹਰਲੇ ਮੁੜਕ ਦੇ ਵਿੱਚ ਤੇ ਉਹ ਆਪਣੇ ਤਰੰਗਿਆਂ ਦੇ ਕੱਪੜੇ ਵੀ ਪਾ ਲੈਂਦੇ ਨੇ ਅੰਡਰਵੇਅਰ ਵੀ ਬਣਾ ਲੈਂਦੇ ਹੈਗੇ ਨੇ ਹਣ ਉਹ ਕੋਈ ਬਹੁਤ ਕੁਝ ਬਣਾ ਲੈਂਦੇ ਹੈਗੇ ਨੇ ਇਹਦਾ ਮਤਲਬ ਉਹ ਇਹ ਥੋੜਾ ਕਿ ਉਹ ਆਪਣੇ ਦੇਸ਼ ਨੂੰ ਬਦਨਾਮ ਕਰਦੇ ਹੈਗੇ ਨੇ ਪਰ ਉਹ ਦੇਸ਼ ਦੀ ਕਮਿਟਮੈਂਟ ਕਿੰਨੀ ਹੈਗੀ ਉਹ ਦਿਲਾਂ ਦੇ ਵਿੱਚ ਵਸੀ ਹੈਗੀ ਸਾਡੇ ਦਿਖਾਵਾ ਹੁੰਦਾ ਸਾਡੇ ਕਮਿਟਮੈਂਟ ਨਹੀਂ ਹੈਗੀ ਸਾਡੇ ਦਿਖਾਵਾ ਵਾ ਵੀ ਅਸੀਂ ਬੜੇ ਵੱਡੇ ਦੇਸ਼ ਭਗਤ ਹੋਗੇ ਅਸੀਂ ਬਹੁਤ ਵੱਡੇ ਇਮਾਨਦਾਰ ਹੋਗੇ ਕਟੜ ਇਮਾਨਦਾਰ ਹੋਗੇ ਉਹ ਦਿਖਾਵੇ ਵਾਲੀ ਗੱਲਾਂ ਇਮਾਨਦਾਰੀ ਤੇ ਦਿਖਾਵਾ ਬੜਾ ਡਿਫਰੈਂਟ ਆ ਗਿਆ ਯਾਰ ਹਾਂ ਠੀਕ ਆ ਸਟਾਰ ਨੇ ਸ਼ੋਸ਼ੇ ਨੇ ਡਰਾਮੇ ਨੇ ਅੱਜ ਕੱਲ੍ਹ ਚੱਲਦੇ ਕਿਉਂਕਿ ਜਿੰਨਾ ਚਿਰ ਤੁਸੀਂ ਆਪਣੀ ਮਾਰਕੀਟਿੰਗ ਨਹੀਂ ਕਰੋਗੇ ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਵੇਚੋਗੇ ਨਾ ਉਹ ਵਾ ਹੁਣ ਜਿਹੜੇ ਸਾਡੇ ਪਬਜੀ ਭਰਾ ਨੇ ਚਾਹੇ ਕਸ਼ਮੀਰ ਦਾ ਬਾਰਡਰ ਚਾਹੇ ਗਲਵਾਨ ਦੀ ਘਾਟੀ ਚਾਹੇ ਉਨਾਚਲ ਪ੍ਰਦੇਸ਼ ਚਾਹੇ ਸਿਆਚਨ ਸਾਹਿਬ ਬੰਗਾਲ ਸਾਈਡ ਹੈ ਨਾ ਕੋਈ ਵੀ ਜਿਹੜਾ ਪਬਜੀ ਆ ਕਿਸੇ ਵੀ ਧਰਮ ਦਾ ਜਿਹੜਾ ਸਾਡਾ ਇੰਡੀਅਨ ਉਹ ਕਿਤੇ ਤਿਰੰਗਾ ਲੈ ਕੇ ਜਾਂਦੇ ਨੇ ਜਾ ਉਹਨਾਂ ਦੇ ਟੱਬਰ ਜਿਹੜੇ ਨੇ ਉਹ ਤਿਰੰਗਾ ਵਲੇਟ ਕੇ ਤੁਰੇ ਫਿਰਦੇ ਹੈਗੇ ਨੇ ਕਿ ਸਾਡੇ ਧੀਆ ਪੁੱਤ ਜਿਹੜੇ ਫੌਜ ਦੇ ਵਿੱਚ ਤੇ ਅਸੀਂ ਬਹੁ ਵੱਡੇ ਇੰਡੀਅਨ ਨਹੀਂ ਇੰਡੀਅਨ ਹੋਇਆ ਜਦੋਂ ਦੇਸ਼ ਦੇ ਵਾਸਤੇ ਕੋਈ ਕੁਰਬਾਨ ਹੋਵੇ ਉਹ ਹੀ ਆ ਅਸਲੀ ਇੰਡੀਅਨ ਤੇ ਜਿਹੜੇ ਅਸੀਂ ਹੱਥਾਂ ਦੇ ਤਿਰੰਗੇ ਤੇ 15 ਅਗਸਤ ਤੇ 26 ਜਨਵਰੀ ਤੇ ਗੱਲਾਂ ਤੇ ਤਿਰੰਗਾ ਛਪਾ ਲਿਆ ਪਿੱਠ ਤੇ ਛਪਾ ਲਿਆ ਬਾਹਾਂ ਤੇ ਛਪਾ ਲਿਆ ਉਹ ਇੱਕ ਐਂਟਰਟੇਨਮੈਂਟ ਦਾ ਸਾਧਨਾ ਮਨੋਰੰਜਨ ਦਾ ਸਾਧਨਾ ਉਹ ਨਹੀਂ ਹੈਗਾ ਨਾਲ ਹੀ ਅਗਲੇ ਮਸਲੇ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਪਹਿਲਾਂ ਵੀ ਇਹ ਮਸਲਾ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਹੈਗਾ ਕਿਸਟਾ ਕਿਸਾਨੀ ਜਿਵੀ ਖੇਤੀ ਲੈ ਕੇ ਗੱਲ ਕਰ ਲਈਏ ਕਦੀ ਨਕਲੀ ਬੀਜਾਂ ਦੀ ਗੱਲ ਆ ਜਾਂਦੀ ਹੈ ਕਦੀ ਨਕਲੀ ਸਪਰੇਆਂ ਦੀ ਗੱਲ ਆ ਜਾਂਦੀ ਹੈ ਉਹ ਡੀਪੀ ਜਿਹੜੀ ਖਾਦ ਹੈ ਇਹਦਾ ਜਿਹੜਾ ਮਸਲਾ ਇੰਨਾ ਭਖਾ ਕਿਉਂ ਪਿਆ ਹੈਗਾ ਪੰਜਾਬ ਦੇ ਵਿੱਚ ਇਹਦਾ ਮਤਲਬ ਕਿ ਸਰਕਾਰ ਪ੍ਰਬੰਧ ਅਗਾਹ ਨਹੀਂ ਅਗਾਹੂ ਪ੍ਰਬੰਧ ਨਹੀਂ ਕਰ ਰਹੀ ਹੈਗੀ ਨਾ ਇਹਦਾ ਮਤਲਬ ਪੰਜਾਬ ਦੇ ਖੇਤੀਬਾੜੀ ਵਿਭਾਗ ਚੁੱਪਾ ਪੰਜਾਬ ਦੇ ਮੰਤਰੀ ਚੁੱਪ ਨੇ ਸਟੇਟ ਚੁੱਪਾ ਕਿਉਂਕਿ ਕਿਸਾਨ ਦੂਰੀ ਮਾਰ ਇਸਟਮ ਚੱਲ ਰਹੇ ਨੇ ਝੋਨਾ ਮੰਡੀਆਂ ਚ ਰੋਲ ਰਿਆ ਕਿਸਾਨ ਮੰਡੀਆਂ ਚ ਰੋਲਿਆ ਪਟਿਆਲੇ ਇੱਕ ਵਿਚਾਰੀ ਕਿਸਾਨ ਹੱਥ ਜੋੜ ਰਿਹਾ ਨੇ ਇੱਕ ਡੀਸੀ ਦੇ ਅੱਗੇ ਜਨਾਨੀ ਜਿਹੜੀ ਡੀਸੀ ਹੈਗੀ ਉਹਦਾ ਫਾਇਦਾ ਲੱਗਿਆ ਜੀ ਆ ਜਿਹਦਾ ਵੀ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਉਹ ਕਿਸਾਨ ਲੱਭਿਆ ਉਹਦੇ ਕੋ ਵਿਚਾਰੇ ਕੋ ਝੂਠ ਬੁਲਾਇਆ ਹੈਗਾ ਹਨਾ ਕਿ ਮੈਂ ਜੀ ਸਸਰੀਕਲ ਦਾ ਫਤਹਿ ਕੀਤੀ ਬੁਲਾਈ ਹੈਗੀ ਨਾ ਕਿਉਂਕਿ ਸਰਕਾਰ ਚਲੇ ਜਾਂਦੀ ਕੋਈ ਪੁਲਿਸ ਵਾਲਾ ਭੇਜਤਾ ਹੋਊਗਾ ਕਿਸਾਨ ਦੇ ਘਰ ਪੀਜੀਓ ਅਸੀਂ ਸਾਡੀ ਤੇ ਬਦਨਾਮੀ ਹੋ ਰਹੀ ਹੈ ਇੱਕ ਰੀਲ ਹੀ ਬਣਾ ਦਿਓ ਅੱਜ ਕੱਲ ਰੀਲਾਂ ਬਹੁਤ ਚੱਲਦੀਆਂ ਨੇ ਹੁਣ ਜਿਹੜਾ ਡੀਪੀ ਖਾਦੇ ਕਿਸਾਨ ਮੰਡੀਆਂ ਦੇ ਵਿੱਚ ਰੋ ਰਿਹਾ ਫਸਲ ਮੰਡੀਆਂ ਦੇ ਵਿੱਚ ਰੋ ਰੋਲੀਆ ਸਰਕਾਰ ਕੋ ਅਗਾਉ ਪ੍ਰਬੰਧ ਨੇ ਹੁਣ ਕਿਉਂਕਿ ਬਜਾਈ ਸ਼ੁਰੂ ਹੋ ਜਾਣੀ ਹੈਗੀ ਹਾੜੀ ਦੀ ਫਸਲ ਦੀ ਨਾ ਸਾਨੂੰ ਕੋਈ 5.5 ਲੱਖ ਟਨ ਮੀਟ੍ਰਿਕ ਡੀਪੀ ਖਾਦ ਚਾਹੀਦੀ ਆ ਡਾਇਆ ਜ ਤੱਕ ਨਹੀਂ ਆਗੇ ਸਾਡੇ ਕੋ ਤੇ ਅਸੀਂ ਫਸਲ ਕੀ ਬੀਜਾਂਗੇ ਹੁਣ ਸੰਕਟ ਇਹਨਾਂ ਜਿਹੜੇ ਡੀਲਰ ਨੇ ਉਹਨਾਂ ਦੇ ਚੰਦੀ ਆ ਜਿਵੇਂ ਇਸਕੁਆਇਰ ਦੀਵਾਲੀ ਦੇ ਕਰਕੇ ਨਾ ਸੋਨਾ 80000 ਨੂੰ ਤੋਲਾ ਪਹੁੰਚ ਗਿਆ ਨਾ ਉਹ ਹੁਣ ਖਾਦ ਆ ਨਹੀਂ ਰਹੀ ਹੈਗੀ ਔਰ ਹੈਰਾਨੀ ਵਾਲੀ ਗੱਲ ਹੈ ਇੰਡੀਆ ਵਾਸਤੇ ਬੇਸ਼ਰਮੀ ਵਾਲੀ ਸ਼ਰਮ ਵਾਲੀ ਗੱਲ ਇਹ ਆ ਕਿ ਅਸੀਂ ਖੇਤੀ ਪ੍ਰਧਾਨ ਸਾਡਾ ਦੇਸ਼ ਆ ਇੰਡੀਆ ਅੱਜ ਵੀ ਸਾਨੂੰ ਬਾਹਰਲੇ ਮੁਲਕਿਆਂ ਤੋਂ ਮੁਲਕਾਂ ਤੋਂ ਖਾਦ ਲੈਣੀ ਪੈਂਦੀ ਹੈਗੀ ਗੁੱਡੀ ਮਾੜੀ ਗੱਲ ਹੈਗੀ ਯਾਰ ਖੇਤੀ ਪ੍ਰਧਾਨ ਕੰਟਰੀ ਹੋਵੇ ਤੇ ਸਾਨੂੰ ਬਾਹਰੋਂ ਖਾਦ ਮਗਾਉਣੀ ਪੈ ਰਹੀ ਹੈ ਉਥੇ ਰੂਸ ਤੇ ਜਕਰੇਨ ਦੀ ਲੜਾਈ ਕਰਕੇ ਉਹ ਬੜੀ ਮਾਰ ਮੰਦੀ ਪੈ ਰਹੀ ਹੈ ਪਰ ਹਰਿਆਣੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੀਪੀ ਦੇ ਵਿੱਚ ਕੋਈ ਪ੍ਰੋਬਲਮ ਪੰਜਾਬ ਦੇ ਵਿੱਚ ਹੁਣ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਕੇਂਦਰੀ ਖਾਦ ਤੇ ਰਸਾਇਣ ਮੰਤਰੀ ਆ ਜੀਪੀ ਨੱਡਾ ਸਾਹਿਬ ਨਾਲ ਮੁਲਾਕਾਤ ਕਰਕੇ ਆਏ ਨੇ ਉਹ ਪਤਾ ਨਹੀਂ ਕਦੋਂ ਸਾਨੂੰ ਸਟਾਕ ਦੇਣਗੇ ਪਰ ਇਸ ਟਾਈਮ ਜਿਹੜੇ ਡੀਲਰ ਕਹਿ ਰਹੇ ਨੇ ਉਹ ਕਿਸਾਨਾਂ ਨੂੰ ਧੱਕੇ ਨਾਲ ਜਿਨ੍ਹਾਂ ਦੀ ਦਵਾਈਆਂ ਦੀ ਲੋੜ ਨਹੀਂ ਆ ਉਹ ਦੇ ਰਹੇ ਨੇ ਪੈਸੇ ਵੱਧ ਲਗ ਰਹੇ ਨੇ ਕਾਲਾ ਬਾਜ਼ਾਰੀ ਸ਼ੁਰੂ ਹੋ ਚੁੱਕੀ ਆ ਨਕਲੀ ਚੀਜ਼ਾਂ ਵੱਧ ਵੇਚੀ ਜਾਣੇ ਔਰ ਹਰਾਨੀ ਵਾਲੀ ਗੱਲ ਹੈ ਕਿ ਸੰਗਰੂਰ ਸੰਗਰੂਰ ਮੁੱਖ ਮੰਤਰੀ ਸਾਹਿਬ ਦਾ ਜ਼ਿਲ੍ਹਾ ਮੰਤਰੀ ਕੌਣ ਨੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੀਤ ਉਮੀਦਵਾਰ ਮੈਂਬਰ ਪਾਰਲੀਮੈਂਟ ਚਲੋ ਪਹਿਲਾ ਮੰਤਰੀ ਅਮਨ ਅਰੋੜਾ ਹਰਪਾਲ ਸਿੰਘ ਚੀਮਾ ਔਰ ਇਸ ਦੇ ਬਾਵਜੂਦ ਮੈਂਬਰ ਪਾਰਲੀਮੈਂਟ ਮੀਤ ਹੇਰ ਬਣ ਗਿਆ ਇਸ ਦੇ ਬਾਵਜੂਦ ਸੰਗਰੂਰ ਦੇ ਵਿੱਚ ਸੰਕਟ ਕਾਲਾ ਬਾਜ਼ਾਰੀ ਆ ਪਟਿਆਲਾ ਪਟਿਆਲਾ ਹਾਂ ਪਟਿਆਲੇ ਦੇ ਵਿੱਚ ਹੁਣ ਕਿਸਾਨੇ ਦੋਰੀ ਮਾਰ ਚਾਂਦੀ ਕਮਾਈ ਮੌਜਾਂ ਉਹ ਡੀਲਰਾਂ ਨੂੰ ਲੱਗੀਆਂ ਔਰ ਇਸ ਮਸਲੇ ਦੇ ਵਿੱਚ ਸਵੇਰ ਦੀ ਸਰਕਾਰ ਜਾਂ ਸਰਕਾਰ ਦਾ ਮਹਿਕਮਾ ਸੁੱਤਾ ਪਿਆ ਕਾਰਵਾਈ ਕਿਉਂ ਨਹੀਂ ਪੰਜਾਬੀ ਟ੍ਰਿਬਿਊਨ ਤੇ ਫਰੰਟ ਪੇਜ ਤੇ ਖਬਰ ਲੱਗੀ ਹੈ ਚਰਨਜੀਤ ਭੁੱਲ ਰੋਣ ਦੀ ਖਬਰ ਲੱਗੀ ਆ ਗਈ ਹੈ ਕਿ ਡੀਏਪੀ ਖਾਦ ਦਾ ਇੰਨਾ ਸੰਕਟ ਹੈਗਾ ਕਿ ਜਿਹੜੇ ਡੀਲਰ ਨੇ ਉਹਨਾਂ ਨੂੰ ਮੌਜਾਂ ਉਹਨਾਂ ਨੂੰ ਉਹ ਖੱਟੀ-ਖੱਟ ਰਹੇ ਨੇ ਕਿਉਂਕਿ ਜਦੋਂ ਸ਼ਾਰਟੇਜ ਹੋ ਜੇ ਬਲੈਕਮੇਲ ਹੁੰਦੀ ਆ ਤੇ ਜਿਹੜੀਆਂ ਡੀਲਰ ਨੇ ਉਹ ਕਿਸਾਨਾਂ ਨੂੰ ਧੱਕੇ ਨਾਲ ਸਮਾਨ ਵੇਚੀ ਜਾ ਰਹੇ ਹੈਗੇ ਨੇ ਜਿਹਦੀ ਲੋੜ ਵੀ ਨਹੀਂ ਹੈਗੀ ਸਰਕਾਰ ਨੂੰ ਕਦੋਂ ਪਤਾ ਚੱਲ ਜਾਂਦਾ ਹੈਗਾ ਵੀ ਇਸ ਸਮੇਂ ਦੇ ਵਿੱਚ ਖਾਦ ਦੀ ਲੋੜ ਹੈਗੀ ਹੈ ਕਿੰਨਾ ਕੁ ਟਾਈਮ ਪਹਿਲੇ ਸਰਕਾਰ ਨੂੰ ਪਤਾ ਚੱਲ ਜਾਂਦਾ ਹੈਗਾ ਪ੍ਰਬੰਧ ਕਰਨ ਦਾ ਕਿੰਨਾ ਕੁ ਸਮਾਂ ਮਿਲਦਾ ਸਰਕਾਰ ਨੂੰ ਬਹੁਤ ਪ੍ਰਬੰਧ ਸਾਨੂੰ ਪਤਾ ਹੈ ਕਿ ਜਦੋਂ ਹਾੜੀ ਸੋਣੀ ਦੀਆਂ ਫਸਲਾਂ ਸਰਕਾਰ ਨੂੰ ਪਤਾ ਨਹੀਂ ਐ ਖੇਤੀਬਾੜੀ ਵਿਭਾਗ ਨੂੰ ਪਤਾ ਨਹੀਂ ਕਿ ਹਾੜੀ ਦੀਆਂ ਫਸਲਾਂ ਸੋਣੀ ਦੀਆਂ ਫਸਲਾਂ ਕਿਹੜੀ ਬੀਜ ਕਦੋਂ ਬੀਜਣਾ ਕਿੰਨੀ ਖਾਦ ਚਾਹੀਦੀ ਕਿੰਨੀ ਬੀਜ ਚਾਹੀਦਾ ਕਿਹੜਾ ਬੀਜ ਪ੍ਰਵਾਨ ਕੀਤਾ ਕਿਹੜਾ ਨਹੀਂ ਕੀਤਾ ਇਹਨਾਂ ਨੂੰ ਸਾਰਾ ਕਿੰਨਾ ਰਕਬਾ ਕਿੰਨਾ ਹੀ ਝੋਨੇ ਦਾ ਰਕਬਾ ਕਿੰਨੀ ਹਰ ਕੀ ਕਾਨਗ ਦਾ ਰਕਬਾਗਾ ਕਿੰਨੀ ਖਾਦ ਚਾਹੀਦੀ ਹੈ ਕਿੰਨੀ ਡਾਇਆ ਚਾਹੀਦੀ ਕਿੰਨੀ ਜੂਰੀਆ ਚਾਹੀਦੀ ਇਹ ਤੇ ਪ੍ਰਬੰਧ ਇਹ ਹੀ ਹੈ ਮਾਲੂ ਇਹ ਤਾਂ ਥੋੜਾ ਹੋ ਗਿਆ ਕਿ ਅੱਜ ਕਣਕ ਬੀਤੀ ਝੋਨਾ ਵੀ ਦਾ ਸਵੇਰੇ ਉੱਠ ਕੇ ਡੈਡਾ ਜਾਊਗਾ ਛਿੱਟੇ ਆ ਜਾਣਗੇ ਮੁੰਜਰੇ ਆ ਜਾਣਗੇ ਚਲੋ ਮੰਡੀ ਲੈ ਜੋ ਮਸ਼ੀਨਾਂ ਲਾਓ ਚਲੋ ਬੋਰੀਆਂ ਪਰੋ ਤੇ ਚਲੋ ਭੇਜ ਦੋ ਐਫਸੀਆਈ ਨੂੰ ਮਤਲਬ ਇਹ ਪ੍ਰਬੰਧ ਸਰਕਾਰ ਕੋ ਨਹੀਂ ਹੋ ਰਿਹਾ ਸਰਕਾਰ ਨੂੰ ਮੰਨਣਾ ਪਏਗਾ ਹੁਣ ਤੁਸੀਂ ਸੈਂਟਰ ਵਾਲਿਆਂ ਤੇ ਗੁੱਸਾ ਕੱਢੀ ਜਾਓ ਸੈਂਟਰ ਵਾਲੇ ਤੁਹਾਡੇ ਤੇ ਕੱਢੀ ਜਾਓ ਸੱਚਾਈ ਕੀ ਹੈ ਕਿ ਤੁਹਾਡਾ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈ ਤੁਹਾਡਾ ਖੇਤੀਬਾੜੀ ਵਿਭਾਗ ਜਿੰਨਾਂ ਦੀ ਜ਼ਿੰਮੇਵਾਰੀ ਵੀ ਜਿਹੜੀਆਂ ਵੀ ਸਰਕਾਰ ਦੀਆਂ ਏਜੰਸੀਆਂ ਸੀ ਹੈ ਨਾ ਉਹਨਾਂ ਨੇ ਪੈਰਵਾਈ ਨਹੀਂ ਕੀਤੀ ਜਿਹੜੇ ਜਿਹੜੇ ਵੀ ਅਫਸਰ ਨੇ ਪੈਰਵਾਈ ਨਹੀਂ ਕੀਤੀ ਘੱਟੋ ਘੜੋਂ ਉਹਨਾਂ ਨੂੰ ਬਦਲ ਦੇ ਦਿਓ ਫੂਡ ਸਪਲਾਈ ਵਾਲਾ ਡਿਪਾਰਟਮੈਂਟ ਤੇ ਬਦਲ ਦੇਣਾ ਚਾਹੀਦਾ ਨਾ ਵੀ ਤੁਸੀਂ ਸੁੱਤੇ ਰਹਿ ਗਏ ਯਾਰ ਇਹ ਜਿਹੜੇ ਅੱਜ ਰੰਡੀ ਰੋਣਾ ਪਿਆਸ ਕਿਸਾਨਾਂ ਨੂੰ ਵਿਚ ਕਿਸਾਨਾਂ ਦੇ ਛੜਕਾਂ ਦੇ ਵਿੱਚ ਰੋਲ ਰਹੇ ਨੇ ਲੋਕੀ ਖੱਜਲ ਖਵਾਰ ਚਲੋ ਠੀਕ ਆ ਉਹਨਾਂ ਨੇ ਰਾਹ ਖੋਲ ਦਿੱਤੇ ਹੈਗੇ ਸਮਝੌਤਾ ਹੋ ਗਿਆ ਪਰ ਉਹਦੇ ਦੋਸ਼ ਤੇ ਸਰਕਾਰਾਂ ਦੇ ਹੀ ਨਾ ਕਿਸਾਨ ਪਰੇਸ਼ਾਨ ਲੋਕੀ ਕਿਸਾਨਾਂ ਨੂੰ ਗਾਲਾਂ ਕੱਢੀ ਜਾਂਦੇ ਫਿਰ ਸਰਕਾਰ ਵੀ ਕਹਿੰਦੀ ਕਿ ਤੁਹਾਡਾ ਤੇ ਪਖੰਡ ਹੀ ਬਣ ਗਿਆ ਤੁਸੀਂ ਤਾਂ ਫੈਸ਼ਨ ਬਣਾ ਲਿਆ ਉਹ ਕਿਹੜੇ ਯਾਰ ਵਿਲੇ ਆਗੇ ਨੇ ਜਦ ਸਰਕਾਰ ਨੂੰ ਪ੍ਰਬੰਧ ਕਰ ਅਗੇਤੇ ਚਾਹੀਦੇ ਸਰਕਾਰ ਪ੍ਰਬੰਧ ਅਗੇਤੇ ਕਰਦੀ ਨਹੀਂ ਹੈਗੇ ਸਾਡੇ ਕੋਲ ਹੁਣ ਖਾਦ ਆ ਨਹੀਂ ਰਹੀ ਐ ਜਿਸ ਤਿੱਜੇ ਵਾਰ ਕਿਸਾਨ ਕੀ ਕਰੇ ਕਿਸਾਨ ਕੋ ਕੀ ਸਾਧਨ ਕੀ ਕਿਸਾਨ ਕੋ ਉਹ ਹਾੜੀ ਸੋਣੀਆ ਕਣਕ ਝੋਨਾ ਜਾਂ ਕਈ ਜਿਹੜੀਆਂ ਦੂਜੀਆਂ ਸਬਜ਼ੀਆਂ ਲਾ ਲੈਂਦੇ ਫਿਰ ਮੰਡੀ ਉਹ ਸੜਕਾਂ ਤੇ ਰੋਲਦੇ ਆਗੇ ਨੇ ਮਤਲਬ ਸਾਡੇ ਕੋਲ ਸਵਾਏ ਕਣਕ ਝੋਨੇ ਤੋਂ ਅਸੀਂ ਬੀਜਦੇ ਨਹੀਂ ਹੈਗੇ ਪਹਿਲਾਂ ਤੁਸੀਂ ਐ ਕਹਿੰਦੇ 5 ਮਿੰਟ ਚ ਅਸੀਂ ਐਮਐਸਪੀ ਦੇ ਦਾਂਗੇ ਉਹ ਵੀ ਗਈ ਉਹ ਵੀ ਗਈ ਦਾਲਾਂ ਤੇ ਮਿਲ ਹੀ ਨਹੀਂ ਹੈਗੀ ਮਤਲਬ ਅਖਬਾਰਾਂ ਦੇ ਵਿੱਚ ਛਪਾ ਲਓ ਇਸ਼ਤਿਹਾਰ ਛਪਾ ਲਓ ਉਹ ਉਹ ਉਹਦੇ ਨਾਲ ਢਿੱਡ ਥੋੜਾ ਪੰਨਾ ਗਰਾਊਂਡ ਲੈਵਲ ਤੇ ਕੀ ਹਕੀਕਤ ਕੀ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਲੇਕਿਨ ਸਰਕਾਰ ਕੋ ਗੇਤੇ ਪ੍ਰਬੰਧ ਨਹੀਂ ਹੋਏ ਤੇ ਹੁਣ ਇੱਕ ਦੂਜੇ ਤੇ ਦੋਸ਼ ਮੜੀ ਜਾ ਰਹੇ ਨੇ ਕਿ ਸੈਂਟਰ ਧੱਕਾ ਕਰ ਗਿਆ ਉਹਦਾ ਰਵਨੀ ਸਿੰਘ ਬਿੱਟੂ ਨਹੀਂ ਕਹਿ ਰਿਹਾ ਕਿ ਪੰਜਾਬ ਕੋ ਸੰਭਾਲਿਆ ਨਹੀਂ ਗਿਆ ਹੁਣ ਇੱਕ ਦੂਜੇ ਦੇ ਇਹਨਾਂ ਦਾ ਸੌਂਕਣਾ ਵਾਲਾ ਹਿਸਾਬ ਆ ਪੀਨਾ ਜੋ ਸੰਕੜਣ ਵਾਲਿਆਂ ਦੋਨਾਂ ਸੈਂਟਰ ਸਰਕਾਰ ਤੇ ਪੰਜਾਬ ਦਾ ਸੰਕੜਣਾ ਵਾਲਾ ਕੰਮ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਕੀ ਹੈ ਕਿ ਹਾੜੀ ਦੀ ਫਸਲ ਲਈ ਸਾਨੂੰ 5.5 ਲੱਖ ਮੀਟਰ ਟਨ ਖਾਦ ਦੀ ਲੋੜ ਆ ਜਿਸ ਵਿੱਚ 70000 ਮੀਟਰ ਟਨ ਆਲੂਆਂ ਦੀ ਬਜਾਈ ਵਾਸਤੇ ਵੀ ਸ਼ਾਮਲ ਆ ਐਸ ਟਾਈਮ ਸਾਡੇ ਕੋਲ 2.35 ਲੱਖ ਮੀਟਰ ਕਟਨ ਦੀ ਖਾਦ ਪਹੁੰਚੀ ਆ ਜੋ ਕਿ ਮੰਗ ਅਨੁਸਾਰ 43% ਦੀ ਬੰਦੀ ਆ ਤੇ ਤੇ 2.5 ਲੱਖ ਮੀਟਰ ਟਨ ਦੀ ਸਾਨੂੰ ਅਕਤੂਬਰ ਚ ਸਰਕਾਰ ਨੇ ਕੇਂਦਰ ਨੇ ਅਲੋਕੇਸ਼ਨ ਕੀਤੀ ਪਰ ਬਦਲੇ ਵਿੱਚ 2.5 ਲੱਖ ਅਲੋਕੇਸ਼ਨ ਕੀਤੀ ਬਦਲੇ ਚ ਸਾਨੂੰ ਸਿਰਫ 70 ਹਜ਼ਾਰ ਮੀਟਰ ਟਨ ਮਿਲਿਆ ਹੁਣ ਪਤਾ ਲੱਗਾ ਕਿ 62 ਹਜ਼ਾਰ ਜਿਹੜੀ ਬਾਕੀ ਬਚੀ ਹੈਗੀ ਉਹ ਮੀਟਰ ਟਨ ਦੇਪੀ ਖਾ ਦੇ ਬਦਲ ਵਜੋਂ ਨਵੇਂ ਪ੍ਰਬੰਧ ਕੀਤੇ ਜਾ ਰਹੇ ਹੁਣ ਪ੍ਰਾਈਵੇਟ ਡੀਲਰ ਵੱਲੋਂ ਡੀਪੀ ਖਾਦ ਦੇ ਸੰਕਰਟ ਬੱਚੋਂ ਹੱਥ ਰੰਗੇ ਜਾ ਰਹੇ ਨੇ ਪਟਿਆਲਾ ਦੇ ਜ਼ਿਲ੍ਹਾ ਸੰਗਰੂਰ ਚ ਕਾਲਾ ਬਾਜ਼ਾਰੀ ਕਾਫੀ ਤੇ ਬਹੁਤੇ ਡੀਲਰ ਕਿਸਾਨਾਂ ਨੂੰ ਡੀਪੀ ਖਾਦ ਇੱਕ ਗੱਟੇ ਨਾਲ ਤੋੜੇ ਦੇ ਨਾਲ ਨਾ ਇੱਕ ਗੱਟੇ ਦੇ ਨਾਲ ਸਥਾਨਕ ਪੱਧਰ ਦੇ ਐਗਰੋਕੈਮੀਕਲ ਦੇ ਰਹੇ ਨੇ ਜਿਨ੍ਹਾਂ ਦਾ ਪ੍ਰਿੰਟ ਕਾਫੀ ਜ਼ਿਆਦਾ ਪ੍ਰਿੰਟ ਰੇਟ ਕਾਫੀ ਜ਼ਿਆਦਾ ਉਹਨਾਂ ਦੇ ਡੀਪੀ ਖਾਦ ਦਾ ਗੱਟਾ 1350 ਰੁਪਏ ਦਾ ਪਰੰਤੂ ਕਿਸਾਨਾਂ ਨੂੰ 3-400 ਰੁਪਏ ਜ਼ਿਆਦਾ ਦੇਣੇ ਪੈ ਰਹੇ ਕਿਉਂਕਿ ਗੱਟੇ ਗੱਟੇ ਦੇ ਵੀ ਵਾਧੂ ਪੈਸੇ ਲੈ ਜਾ ਰਹੇ ਨੇ ਤੇ ਦੂਜਾ ਜਿਹੜੇ ਲੋਕਲ ਪੱਧਰ ਦੇ ਐਗਰੋਕੇਮਿਕਲ ਉਹ ਵੀ ੱੱਕੇ ਨਾ ਦਿੱਤੇ ਜਾ ਰਹੇ ਨੇ ਹੁਣ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਚਾਹੀਦਾ ਕਿ ਘੱਟੋ ਘੱਟ ਸੈਂਟਰ ਦਾ ਸਿਰਖਾਣ ਹੁਣ ਸੂਬੇ ਵਿੱਚ ਕਹਿੰਦੇ ਕਰੀਬ 3520 ਸਕਾਰੀ ਸਭਾਵਾਂ ਨੇ ਇਹਨਾਂ ਵਿੱਚ ਬਹੁਤੀਆਂ ਸਭਾਵਾਂ ਕੋਲ ਹਾਲੇ ਖਾਦ ਪੁੱਜੀ ਨਹੀਂ ਆ ਔਰ 60% ਤੋਂ ਜ਼ਿਆਦਾ ਜਿਹੜੀ ਡੀਵੀ ਖਾਦ ਆ ਉਹ ਵਿਦੇਸ਼ ਤੋਂ ਮੰਗਵਾਈ ਜਾਂਦੀ ਹੈਗੀਆ ਕੱਲਾ ਜੋ ਨੂੰ ਕਹਿੰਦੇ ਹੈ ਕਿ ਚਾਈਨਾ ਦੇ ਸਮਾਨ ਬੰਦ ਕਰ ਦਿਓ ਜਿਹੜੇ ਬੀਜੇਪੀ ਵਾਲੇ ਆਰਐਸਸ ਵਾਲੇ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਬੜੀ ਕੈਂਪੇਨ ਚਲਾਈ ਜਿਹੜੀ ਸਾਨੂੰ ਇੰਡੀਆ ਚ ਖਾਦ ਆ ਰਹੀ ਹੈ ਨਾ ਟੋਟਲ 5.5 ਲੱਖ ਤੇ ਪੰਜਾਬ ਚ ਚਾਹੀਦੀ ਆ ਫਿਰ ਤੁਸੀਂ ਮੱਧ ਪ੍ਰਦੇਸ਼ ਰਾਜਸਥਾਨ ਯੂਪੀ ਹਰਿਆਣਾ ਕਿ ਜਿੱਥੇ ਵੀ ਖੇਤੀ ਮਹਾਰਾਸ਼ਟਰ ਉਹ ਲਾ ਲੋ ਕਿੰਨੀ ਖਾਦ ਹੋਈ ਉਹਦਾ 30% ਜਿਹੜਾ ਸਿਰਫ ਸਿਰਫ ਚੀਨ ਤੋਂ ਆਉਂਦੀ ਹੈਗੀ ਜਿਹੜੇ ਕਹਿੰਦੇ ਘਰਾਂ ਚੋਂ ਸਮਾਨ ਚੀਨ ਦਾ ਛੋੜ ਦਿਓ ਤੇ ਫਿਰ ਖਾਦ ਪੈਦਾ ਕਰ ਦਿਓ ਚੀਨ ਦੇ ਔਰ ਜਦੋਂ ਰੂਸ ਜਕਰੇਨ جنگ ਦਾ ਵੀ ਅਸਰ ਪਿਆ ਇਸ ਵਾਰ ਖਾਦ ਦੀ ਕੀਮਤ 640 ਡਾਲਰ ਪ੍ਰਤੀ ਟਨ ਤੇ ਪਹੁੰਚ ਗਈ ਜਦ ਕਿ ਪਹਿਲਾਂ 495 ਹੁਣ ਸੈਂਟਰ ਵੀ ਸੀਰੀਅਸ ਨਹੀਂ ਆ ਪੰਜਾਬ ਨੂੰ ਹੈਗਾ ਤੇ ਇੱਕ ਦੂਜੇ ਦੇ ਨਾਲ ਦਰਾਣੀਆਂ ਜਠਾਣੀਆਂ ਵਾਂਗੂ ਲੜ ਰਹੇ ਨੇ ਇਹਨਾਂ ਦੇ ਦਰਾਣੀ ਕੌਣ ਹੈ ਜਠਾਣੀ ਕੌਣ ਹੈ ਇਹ ਚੰਗੀ ਤਰ੍ਹਾਂ ਜਾਣਦੇ ਹਨ ਪਰ ਮਾਰ ਕੌਣ ਖਾ ਰਿਹਾ ਸੰਕਟ ਕੌਣ ਚੱਲ ਰਿਹਾ ਹੈਗਾ ਆਮ ਕਿਸਾਨ ਜੇ ਆਮ ਕਿਸਾਨ ਛੜਕਾਂ ਦੇ ਉਹਦੇ ਲੋਕੀਂ ਕਹਿੰਦੇ ਕਿ ਕਿਸਾਨ ਵਿਹਲੇ ਬੈਟਣ ਪੀ ਉਹਨਾਂ ਨੇ ਯਾਰ ਉਹਨਾਂ ਦੇ ਕੀਦਾ ਢਿੱਡ ਪੀੜ ਹੁੰਦੀ ਹੈ ਕਿ ਰੋਜ਼ ਛੜਕਾਂ ਤੇ ਤੰਬੂ ਲੈ ਕੇ ਆ ਜਾਂਦੇ ਨੇ ਪਰ ਸਰਕਾਰ ਨੇ ਮਜਬੂਰ ਕਰਦੀਆਂ ਹੈਗੇ ਨਾ ਹੁਣ ਪਰ ਪੰਜਾਬ ਸਰਕਾਰ ਕੀ ਕਹਿੰਦੀ ਹੈ ਹੁਣ ਐਮ ਐਲ ਏ ਤੇ ਮੰਤਰੀ ਤੁਰੇ ਫਿਰਦੇ ਆਗੇ ਨੇ ਫੂੜਵਾ ਖਿਚਾਰੇ ਨੇ ਨਾਲ ਤਾਂ ਢੇ ਹਜ਼ਾਰ ਬੰਦਾ ਪੁਲਿਸ ਦੇ ਹੁੰਦਾ ਤੇ ਪੁਲਿਸ ਵਾਲੇ ਅੱਜ ਕੱਲ ਕਾਨਕ ਵਿੱਚ ਝੋਨਾ ਵਕਾ ਰਹੇ ਹੈਗੇ ਨੇ ਮੰਡਿਆਂ ਯਾਰ ਸਰਕਾਰ ਨੂੰ ਸਮਝ ਨਹੀਂ ਲੱਗੀ ਕੋਈ ਸਰਕਾਰ ਦੇ ਵਿੱਚ ਸਿਆਸੀ ਤੇ ਪ੍ਰਸ਼ਾਸਨਿਕ ਸੰਕਟ ਇੰਨਾ ਜ਼ਿਆਦਾ ਵੱਧ ਗਿਆ ਜਿਸ ਕਰਕੇ ਉਹ ਆਪਣੇ ਘਰ ਸੰਭਾਲ ਰਹੇ ਹੈਗੇ ਨੇ ਤੇ ਪੰਜਾਬ ਦੀ ਜਿਹੜੀ ਸਥਿਤੀ ਆ ਦਿਨੋ ਦਿਨ ਜਿਹੜੀ ਖਰਾਬ ਹੁੰਦੀ ਜਾ ਰਹੀ ਹੈ ਜੀ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਵੱਖ-ਵੱਖ ਮੁੱਦੇ ਉਤੇ ਗੱਲ ਕਰੀ ਅਸੀਂ ਫਿਰ ਇਹ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਸਾਨੂੰ ਦੋ ਆ ਗਿਆ ਧੰਨਵਾਦ